ਤਨਾ ਸਰੀ ਮਹਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ਇਵੇਂ ਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਨੈ ਸਾਧਾਰੀ ਸਾਖਤ ਕੀ ਅਵਰਧਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਸਾਕਤ ਕੀ ਆ ਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਕਰ ਕਿਰਪਾ ਪਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂਢਤ ਅੰਧ ਨਾਨਕ ਪ੍ਰਭ ਕਾਡਤ ਸਾਜਨਾ ਸੰਗਾਰੀ ਕਰ ਕਿਰਪਾ ਪਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂਢਤ ਅੰਧ ਨਾਨਕ ਪ੍ਰਭ ਕਾਢ ਤਾ ਸਾਜਨਾ ਸੰਗਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸ਼ਹੀਦਾਂ ਦੇ ਸਿਰਤਾਜ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੀ ਸ਼ਰਮਣ ਕੀਤਾ ਹੈ ਇਹ ਪਾਵਨ ਸ਼ਬਦ ਰਾਗ ਤਨਾਸਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 600 81 ਦੇ ਉੱਪਰ ਸੁਭਾਈਮਾਨ ਹੈ ਗੁਰਦੇਵ ਪਿਤਾ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੁਆਰਾ ਸਾਕਤ ਬੰਦੇ ਦੀ ਡੈਫੀਨੇਸ਼ਨ ਪਰਭਾਸ਼ਾ ਬਹੁਤ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤੀ ਹੈ ਹਜ਼ੂਰ ਨੇ ਬਹੁਤ ਸੋਹਣੀ ਉਦਾਹਰਣ ਦੇ ਕੇ ਸਮਝਾਇਆ ਹੈ ਕਿਸਾਕਤ ਮਨੁੱਖ ਆਪਣੀ ਜ਼ਿੰਦਗੀ ਨੂੰ ਕਿਦਾਂ ਗੁਜ਼ਾਰਦਾ ਹੈ ਕਿਦਾਂ ਆਪਣਾ ਜੀਵਨ ਜਿਉਂਦਾ ਹੈ ਕਿਵੇਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੱਚ ਨਾਲੋਂ ਟੁੱਟਣ ਕਰਕੇ ਵਿਅਰਥ ਗਵਾਉਂਦਾ ਹੈ ਬਹੁਤ ਸੋਹਣੇ ਵਿਚਾਰ ਸਤਗੁਰੂ ਜੀ ਨੇ ਬਖਸ਼ਿਸ਼ ਕੀਤੇ ਹੈ ਵੈਸੇ ਤਾਂ ਸਮਾਜ ਵਿੱਚ ਸਾਕਤ ਬੰਦਾ ਅਸੀਂ ਕਈ ਵਾਰੀ ਜਦੋਂ ਕਿਸੇ ਬੰਦੇ ਨੂੰ ਸਾਕਤ ਸ਼ਬਦ ਬੋਲਦੇ ਆਂ ਤੇ ਸਾਡੇ ਦਿਮਾਗ ਚ ਇੱਕ ਵਾਰੀ ਐਸਾ ਖਿਆਲ ਜਾਂਦਾ ਹੈ ਕਿ ਸਾਕਤ ਬੰਦਾ ਕੌਣ ਹੈ ਜਿਹੜਾ ਕਿਸੇ ਧਾਰਮਿਕ ਸਥਾਨ ਨਹੀਂ ਜਾਂਦਾ ਕਿਸੇ ਮੰਦਰ ਮਸਜਿਦ ਨਹੀਂ ਜਾਂਦਾ ਗੁਰਦੁਆਰੇ ਨਹੀਂ ਜਾਂਦਾ ਕੋਈ ਪਾਠ ਨਹੀਂ ਕਰਦਾ ਰੱਬ ਨੂੰ ਨਹੀਂ ਮੰਨਦਾ ਆਪਾਂ ਇਦਾਂ ਬੋਲਦੇ ਹਾਂ ਵੀ ਤੇ ਸਾਕਤ ਹੈ ਪਰ ਗੁਰਦੇਵ ਜੀ ਨੇ ਜੋ ਸਾਕਤ ਦੀ ਇੱਥੇ ਡੈਫੀਨੇਸ਼ਨ ਦਿੱਤੀ ਹੈ ਬਾ ਕਮਾਲ ਹੈ ਕਿ ਹੋ ਸਕਦਾ ਹੋ ਕਿ ਉਹ ਸਰੀਰ ਦੇ ਤਾਲ ਪਰ ਧਾਰਮਿਕ ਰਸਮਾਂ ਵੀ ਨਿਭਾਉਂਦਾ ਹੋਵੇ ਸਾਰੇ ਕਰਮ ਕਾਂਡ ਸਰੀਰ ਦੇ ਤਲ ਉੱਪਰ ਕਰਦਾ ਹੋਵੇ ਪਰ ਇਹ ਵੇਖਣਾ ਵੀ ਉਹਦੇ ਜੀਵਨ ਚ ਆਹ ਕਮੀਆਂ ਤੇ ਨਹੀਂ ਐ ਬਾਣੀ ਮੁਤਾਬਕ ਉਹ ਵੀ ਸਾਖਤ ਹੈ ਹੁਣ ਸਤਗੁਰ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਵੀ ਸਾਖਤ ਕੀ ਅਵਰਦਾ ਸਾਖਤ ਦੀ ਜਿਹੜੀ ਆਰਜੂ ਹੈ ਸਾਖਤ ਦੀ ਜਿਹੜੀ ਉਮਰ ਹੈ ਪਾਤਸ਼ਾਹ ਜੀ ਕਹਿੰਦੇ ਨੇ ਸਾਖਤ ਕੀ ਅਵਰਦਾ ਜਾਇ ਬਰਤਾਰੇ ਸਾਖਤ ਦਾ ਅਰਥ ਹੈ ਜੋ ਪਰਮਾਤਮਾ ਨਾਲੋਂ ਸੱਚ ਨਾਲੋਂ ਇਦਾਂ ਸਮਝੀਏ ਪਰਮਾਤਮਾ ਕੀ ਹੈ ਸੱਚ ਸੱਚ ਨਾਲ ਟੁੱਟਿਆ ਹੋਇਆ ਬੰਦਾ ਬਾਣੀ ਮੁਤਾਬਕ ਸਾਖਤ ਹੈ ਪਰਮਾਤਮਾ ਕੀ ਹੈ ਸੱਚ RAM ਰਮਿਆ ਹੋਇਆ ਪਰਮਾਤਮਾ ਜਿਹਦੀ ਆਪਾਂ ਗੱਲ ਕਰਦੇ ਰੱਬੀ ਗੁਣ ਇਦਾਂ ਕਹਿ ਲੋ ਦੇਵੀ ਗੁਣਾ ਤੋਂ ਸਖਣਾ ਜੀਵਨ ਸਾਖਤ ਹੈ ਹੁਣ ਇੱਥੇ ਸ਼ਬਦ ਵਰਤੇ ਹੈ ਸਾਖਤ ਕੀ ਅਵਰਦਾ ਰੱਬੀ ਗੁਣਾ ਤੋਂ ਬਿਨਾ ਜਿਹੜੀ ਜ਼ਿੰਦਗੀ ਜੂਣੀ ਹੈ ਉਹ ਜਿਹੜੀ ਉਮਰ ਹੈ ਉਵਰਥ ਜਾ ਰਹੀ ਹੈ 사ਕਤ ਕੀ ਅਵਰਦਾ ਜਾਏ ਬਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂ ਗਵਾਵਤ ਜੈਸੇ ਕਾਗਦ ਕੇ ਭਾਰ ਜਿਵੇਂ ਪੇਪਰਾਂ ਦੇ ਢੇਰ ਲੱਗੇ ਹੋਣ ਕਿਤਾਬਾਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਹੋਣ ਤੇ ਚੂਹਾ ਉਹਨਾਂ ਕਿਤਾਬਾਂ ਨੂੰ ਟੁਕ ਟੁਕ ਕੇ ਢੇਰ ਲਾ ਦਿੰਦਾ ਹੈ ਕਾਮ ਨਹੀਂ ਗਵਾਰੀ ਚੂਹੇ ਦੀ ਉਹ ਕੀਤੀ ਹੋਈ ਮਿਹਨਤ ਨੂੰ ਧਿਆਨ ਨਾ ਸੁਣਿਓ ਮੰਨ ਲਓ ਇੱਕ ਲਾਇਬ੍ਰੇਰੀ ਹੈ ਉਸ ਲਾਇਬ੍ਰੇਰੀ ਦੇ ਅੰਦਰ ਇੱਕ ਸਟੂਡੈਂਟ ਸਟੱਡੀ ਕਰਦਾ ਪੜ੍ਹਦਾ ਉਹਦਾ ਸਵੇਰੇ ਇਗਜ਼ਾਮ ਹੈ ਸਾਰੀ ਰਾਤ ਉਹ ਚੇਅਰ ਤੇ ਬੈਠ ਕੇ ਟੇਬਲ ਤੇ ਕਿਤਾਬ ਰੱਖ ਕੇ ਸਾਰੀ ਰਾਤ ਸਟੱਡੀ ਕਰਦਾ ਹੈ ਲਾਇਬ੍ਰੇਰੀਅਨ ਰਾਤ 11 11:30 ਵਜੇ ਲਾਇਬ੍ਰੇਰੀ ਦੇ ਅੰਦਰ ਆਉਂਦਾ ਹੈ ਚੱਕਰ ਮਾਰਦਾ ਜਿਹੜੇ ਸਟੂਡੈਂਟ ਪੜ੍ਹ ਰਹੇ ਨੇ ਉਹਦੇ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਜੇ ਮੈਂ ਕਿਤਾਬਾਂ ਨੂੰ ਸਾਂਭਦਾ ਵਾਂ ਸਵਾਰਦਾ ਵਾਂ ਜੇ ਮੇਰੀ ਜ਼ਿੰਮੇਵਾਰੀ ਹੈ ਤੇ ਚਲੋ ਮੇਰੀ ਇਸ ਜ਼ਿੰਮੇਵਾਰੀ ਦਾ ਕੋਈ ਲਾਭ ਉਠਾ ਰਿਹਾ ਹੈ ਜਿਵੇਂ ਕਿਤਾਬਾਂ ਨੂੰ ਇਹਨਾਂ ਜ਼ਿੰਮੇਵਾਰੀ ਨਾਲ ਸੰਭਿਆ ਤੇ ਕੋਈ ਕਿਤਾਬ ਪੜ ਰਿਹਾ ਹੈ ਕੱਲ ਨੂੰ ਉਹਨੇ ਇਗਜ਼ਾਮ ਦੇਣਾ ਹੈ ਉਹਦਾ ਪੇਪਰ ਹੈ ਇਮਤਿਹਾਨ ਹੈ ਤੇ ਉਹਦੇ ਵਿੱਚੋਂ ਪਾਸ ਹੋ ਜਾਏਗਾ ਤੇ ਮੇਰੀ ਕੀਤੀ ਸੇਵਾ ਸੰਭਾਲ ਆਪੇ ਸਫਲ ਹੋ ਜਾਣੀ ਹੈ ਹੁਣ ساری ਰਾਤ ਇੱਕ ਸਟੂਡੈਂਟ ਲਾਇਬ੍ਰੇਰੀ ਦੇ ਅੰਦਰ ਬੈਠ ਕੇ ਸਟੱਡੀ ਕਰਦਾ ਹੈ ਉਹਦੀ ਮਿਹਨਤ ਆਉ ਨੂੰ ਫਲ ਕੀ ਮਿਲਦਾ ਹੈ ਉਹ ਇਗਜ਼ਾਮ ਚੋਂ ਪਾਸ ਹੁੰਦਾ ਹੈ ਕੱਲ ਨੂੰ ਚੰਗੇ ਨੰਬਰ ਲੈ ਕੇ ਪਾਸ ਹੋਏਗਾ ਉਦੇ ਉਹਦੇ ਬਾਲ ਤੇ ਉਹਨੂੰ ਚੰਗੀ ਨੌਕਰੀ ਮਿਲੇਗੀ। ਉਹ ਸਮਾਜ ਵਿੱਚ ਉੱਭਰ ਕੇ ਲੋਕਾਂ ਦੇ ਸਾਹਮਣੇ ਆਏਗਾ। ਐਜੂਕੇਸ਼ਨ ਨੇ ਉਹਨੂੰ ਦੁਨੀਆ ਦੇ ਸਾਹਮਣੇ ਨਖਾਰ ਕੇ ਲੈ ਜਾਂਦਾ, ਇਦਾਂ ਕਹਿ ਲਓ। ਦੂਜੇ ਬੰਨੇ ਉਸੇ ਲਾਇਬ੍ਰੇਰੀ ਦੇ ਅੰਦਰ ਚੂਹਾ ਵੱੜ ਜਾਏ। ਉਹਨੇ ਕਿਤਾਬਾਂ ਟੁਕਣੀਆਂ ਸ਼ੁਰੂ ਕਰਦੀਆਂ। ਹੁਣ ਮਿਹਨਤ ਦੋਵੇਂ ਬਰਾਬਰ ਕਰ ਰਹੇ ਨੇ। ਜਿਹੜਾ ਸਟੂਡੈਂਟ ਹੈ ਉਹ ਕਿਤਾਬਾਂ ਪੜ੍ਹਨ ਦੀ ਮਿਹਨਤ ਕਰ ਰਿਹਾ ਤੇ ਚੂਹਾ ਕਿਤਾਬਾਂ ਟੁਕਣ ਦੀ ਮਿਹਨਤ ਕਰ ਰਿਹਾ। ਮਿਹਨਤ ਦੋਵਾਂ ਦੀ ਬਰਾਬਰ ਹੈ। ਪਰ ਜਦੋਂ ਚੂਹੇ ਦੀ ਮਿਹਨਤ ਦਾ ਪਤਾ ਲਾਇਬ੍ਰੇਰੀਅਨ ਨੂੰ ਪਤਾ ਲੱਗਣਾ ਹੈ ਮਨ ਲਓ ਲਾਇਬ੍ਰੇਰੀ ਦਾ ਇੰਚਾਰਜ ਨੂੰ ਪਤਾ ਲੱਗਾ ਵੀ ਚੂਹੇ ਨੇ ਕਿਤਾਬਾਂ ਟੁੱਕੀਆਂ ਨੇ ਇਹਦੀ ਮਿਹਨਤ ਦਾ ਫਲ ਕੀ ਮਿਲਣਾ ਭਲਾ ਇਹਨੂੰ ਚੂਹੇ ਨੂੰ ਉਹਨੇ ਉਸੇ ਵੇਲੇ ਪ੍ਰਬੰਧ ਕਰਨਾ ਹੈ ਚੂਹੇ ਨੂੰ ਮਾਰਨ ਦਾ ਉਹਨੇ ਹੋ ਸਕਦਾ ਅਗਲੇ ਦਿਨ ਵਿਦਿਆਰਥੀ ਕਾਲਜ ਦੇ ਸਾਰੇ ਇਕੱਠੇ ਕਰਕੇ ਕਹੇ ਚਲੋ ਆਪਾਂ ਕਿਤਾਬਾਂ ਇੱਕ ਬੰਨੇ ਛਾਂਟ ਕੇ ਕਰੀਏ ਜਿਹੜੀਆਂ ਕਿਤਾਬਾਂ ਨੁਕਸਾਨੀਆਂ ਗਈਆਂ ਜਿਹੜੀਆਂ ਟੁੱਕ ਦਿੱਤੀਆਂ ਨੇ ਆਪਾਂ ਸਾਈਡ ਤੇ ਕਰ ਲਈਏ ਉਦੋਂ ਹੀ ਚੂਹੇ ਨੂੰ ਮਾਰਨ ਦਾ ਪ੍ਰਬੰਧ ਕੀਤਾ ਜਾਏਗਾ ਕਿਸੇ ਡੰਡੇ ਨਾਲ ਕੋਈ ਚੂਹੇ ਦੀ ਕਿੜਕੀ ਹੋਏਗੀ ਜਾਂ ਉਹਦੇ ਵਾਸਤੇ ਕੋਈ ਦਵਾਈ ਰੱਖੀ ਜਾਏਗੀ ਅੱਜ ਕੱਲ ਤਾਂ ਬੜਾ ਕੁਝ ਚੂਹਿਆਂ ਨੂੰ ਮਾਰਨ ਦਾ ਹੁਣ ਉਦਾਹਰਨ ਕਿੱਡੀ ਕਮਾਲ ਦੀ ਦਿੱਤੀ ਐ ਐਗਜ਼ੈਂਪਲ ਕਿੱਡੀ ਵਧੀਆ ਦਿੱਤੀ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਵੀ ਜਦੋਂ ਤੱਕ ਚੂਹੇ ਨੇ ਕਿਤਾਬ ਨਹੀਂ ਸੀ ਟੁੱਕੀ ਕਿੱਦਾਂ ਪਤਾ ਲੱਗਣਾ ਸੀ ਲਾਇਬ੍ਰੇਰੀ ਨੂੰ ਵੀ ਇੱਥੇ ਚੂਹਾ ਹੈਗਾ ਉਹਦੀ ਮਿਹਨਤ ਮਿਹਨਤ ਦੁਆ ਨੇ ਕੀਤੀ ਪਰ ਉਹਦੀ ਮਿਹਨਤ ਮੌਤ ਨੂੰ ਸੱਦਾ ਦੇ ਕੇ ਆਈ ਜਾਨੀ ਕਿ ਜੋ-ਜੋ ਕਿਤਾਬਾਂ ਟੋਕ ਰਿਆ ਸੀ ਜਾਨੀ ਕਿ ਉਹ ਆਪਣੀ ਜ਼ਿੰਦਗੀ ਨੂੰ ਟੋਕ ਰਿਆ ਸੀ ਜਦੋਂ ਜਦੋਂ ਚੂਹਾ ਕਿਤਾਬ ਟੋਕਰਿਆ ਸੀ ਨਾ ਉਹ ਆਪਣੀ ਜ਼ਿੰਦਗੀ ਨੂੰ ਟੋਕਰਿਆ ਸੀ ਜਿੰਨੀਆਂ ਕਿਤਾਬਾਂ ਟੁੱਕੀਆਂ ਗਿਆ ਉੰਨੀ ਉਹ ਆਪਣੀ ਜ਼ਿੰਦਗੀ ਨੂੰ ਟੁੱਕੀ ਗਿਆ ਜਦੋਂ ਕਿਤਾਬਾਂ ਟੁੱਕੀਆਂ ਗਿਆ ਢੇਰ ਲੱਗਾ ਨਾਲ ਹੀ ਚੂਹੇ ਦੀ ਮੌਤ ਆ ਗਈ ਅਗਲੇ ਨੇ ਉਸ ਵੇਲੇ ਮਾਰਨ ਦਾ ਪ੍ਰਬੰਧ ਕਰ ਲਿਆ ਹੁਣ ਇਹਨੂੰ ਸੌਖਾ ਸਮਝੋ ਕਿਸਾਨ ਆਪਣੇ ਖੇਤਾਂ ਨੂੰ ਜਾਂਦਾ ਜਦੋਂ ਤੁਰਿਆ ਜਾ ਰਿਹਾ ਜਦੋਂ ਨੇ ਦੋ ਥੀਲੇ ਵੀ ਚੂਹੇ ਦੇ ਟੁੱਕੇ ਵੇਖ ਲੈਣਾ ਫਸਲ ਆਪਣੀ ਇੱਕਦਮ ਉਹਦੇ ਬ੍ਰੇਨ 'ਚ ਗੱਲ ਜਾਣੀ ਹੈ ਉਹਨੇ ਆਪਣੇ ਪੁੱਤਰਾਂ ਨੂੰ ਆਣ ਕੇ ਘਰ 'ਚ ਕੰਮ ਇਹਨੂੰ ਕਹਿਣਾ ਵੀ ਫਲਾਣੇ ਖੇਤਾਂ 'ਚ ਮੈਂ ਵੇਖਿਆ ਉੱਥੇ ਚੂਹਾ ਪੈ ਗਿਆ ਚੂਹੇ ਮਾਰ ਦਵਾਈ ਜਾ ਕੇ ਰੱਖੇਗਾ ਜੋ ਨਾ ਟੁੱਕ ਦੇ ਚੂਹਾ ਨਾ ਫਸਲ ਟੁੱਕਦਾ ਤੇ ਕਿਸਾਨ ਨੂੰ ਕਿੱਦਾਂ ਪਤਾ ਲੱਗਣਾ ਸੀ ਵੀ ਇੱਥੇ ਚੂਹਾ ਹੈਗਾ ਉਹਨੇ ਫਸਲ ਨੂੰ ਟੁੱਕਿਆ ਤੇ ਮੌਤ ਦਾ ਪ੍ਰਬੰਧ ਕਰ ਲਿਆ ਤੁਹਾਡੀ ਗੱਡੀ 'ਚ ਹੈ ਕੱਪੜਿਆਂ ਕਈ ਵਾਰੀ ਕਪੜੇ ਟੁੱਕ ਜਾਂਦੇ ਨੇ ਚੂਹੇ ਘਰਾਂ 'ਚ ਜਦੋਂ ਤੱਕ ਤੁਹਾਡਾ ਨੁਕਸਾਨ ਨਹੀਂ ਕਰਦਾ ਚੂਹੇ ਨੂੰ ਤੁਸੀਂ ਕੁਝ ਵੀ ਨਹੀਂ ਕਹਿੰਦੇ ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਖਲੋਤੀਆਂ ਗੱਡੀਆਂ ਦੇ ਤਾਰਾਂ ਟੁੱਕ ਜਾਂਦੇ ਆ ਸੀਟਾਂ ਪਾੜ ਜਾਂਦੇ ਆ ਉਦੋਂ ਹੀ ਅਗਲੇ ਮੌਤ ਦਾ ਉਦੋਂ ਜਿਉਂ-ਜਿਉਂ ਇਹ ਕੰਮ ਕਰਦਾ ਚੂਹਾ ਨਾਲ ਹੀ ਆਪਣੀ ਮੌਤ ਦਾ ਪ੍ਰਬੰਧ ਕਰ ਲੈਂਦਾ ਏਕ ਐਗਜ਼ੈਂਪਲ ਹੈ ਗੁਰਮਤ ਨਹੀਂ ਹੈ ਚੂਹੇ ਦਾ ਕਿਤਾਬ ਟੁਕਣਾ ਤਾਰਾਂ ਟੁਕਣੀਆਂ ਫਸਲ ਟੁਕਣੀ ਇਹ ਐਗਜ਼ੈਂਪਲ ਹੈ ਗੁਰਮਤ ਨਹੀਂ ਹੈ ਗੁਰਮਤ ਕੀ ਪੇਸ਼ ਕਰ ਰਹੀ ਦੇ ਵਿੱਚ ਉਹ ਮਾਰੇ ਕਹਿੰਦੇ ਜਿਵੇਂ ਚੂਹੇ ਨੇ ਕਿਤਾਬ ਟੁਕੀ ਫਸਲ ਟੁਕੀ ਤੇ ਆਪਣੀ ਮੌਤ ਨੂੰ ਆਵਾਜ਼ ਮਾਰੀ ਸਟੂਡੈਂਟ ਕਿਤਾਬ ਪੜਦਾ ਹੈ ਉਹਦੇ ਬਲ ਤੇ ਉਹਨੂੰ ਚੰਗੇ ਨੰਬਰਾਂ ਚ ਪਾਸ ਹੁੰਦਾ ਹੈ ਉਹਦੇ ਬਲ ਤੇ ਉਹਨੂੰ ਚੰਗੀ ਨੌਕਰੀ ਮਿਲਦੀ ਹੈ ਉਹ ਵਿਦਿਆ ਨੂੰ ਨਿਖਾਰ ਕੇ ਲੈ ਕੇ ਜਾਂਦੀ ਹੈ ਪਰ ਪਾਤਸ਼ਾਹ ਕਹਿੰਦੇ ਨੇ ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਸਚਾਈ ਨਾਲੋਂ ਟੁੱਟਿਆ ਹੋਇਆ ਬੰਦਾ ਕਹਿੰਦੇ ਆਪਣੀ ਜਿਹੜੀ ਉਮਰ ਗੁਜ਼ਾਰ ਰਿਹਾ ਨਾ ਇਹ ਇਦਾਂ ਗੁਜ਼ਾਰ ਰਿਹਾ ਜਿਵੇਂ ਚੂਹਾ ਕਤਾਬਾਂ ਟੁੱਕ ਰਿਹਾ ਹੁਣ ਉਹ ਕਿਹੜਾ ਕਮਾਲ ਦੀ ਸਤਗੁਰੂ ਨੇ ਐਗਜ਼ੈਂਪਲ ਦਿੱਤੀ ਕਹਿੰਦੇ 사ਕਤ ਕੀ ਅਵਰਦਾ ਜਿਹੜੀ 사ਕਤ ਦੀ ਅਵਰਦਾ ਇਹਨਾਂ 사ਕਤ ਦੀ ਸੱਚ ਨਾਲੋਂ ਟੁੱਟੇ ਹੋਏ ਬੰਦੇ ਦੀ ਉਮਰ ਹੈ ਜਾਏ ਵਰਥਾਰੀ ਵੀ ਸਫਲ ਨਹੀਂ ਕਰ ਸਕਿਆ ਆਪਣੀ ਉਮਰ ਨੂੰ ਵਿਅਰਥ ਗਵਾ ਲਿਆ ਇਹਨੇ ਕਿਦਾਂ ਵਿਅਰਥ ਗਵਾਇਆ ਜੈਸੇ ਕਾਗਜ਼ ਦੇ ਭਾਰ ਮੂਸਾ ਟੂ ਗਵਾਵਤ ਐਦਾਂ ਵਿਅਰਥ ਗਵਾਇਆ ਜਿਵੇਂ ਕਾਗਜ਼ਾਂ ਦੇ ਭਾਰ ਟੁਕ ਟੋਕੇ ਕਿਤਾਬਾਂ ਟੁਕ ਟੋਕੇ ਢੇਰ ਲਾਤਾ ਚੂਹੇ ਕੰਮ ਨਹੀਂ ਗਵਾਰਦੇ ਕੰਮ ਥੋੜਾ ਹੀ ਕਿਤਾਬ ਕੋਈ ਉਹ ਕਿਤਾਬ ਸਟੂਡੈਂਟ ਨੇ ਪੜ੍ਹੀ ਤੇ ਉਹਦੇ ਕੰਮ ਆਈ ਚੂਹੇ ਨੇ ਟੁਕੀ ਤੇ ਉਹਨੇ ਮੌਤ ਨੂੰ ਆਵਾਜ਼ ਮਾਰ ਲਈ ਐਦਾਂ ਹੀ ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਖਵਾਰ ਕਰਦਾ ਹੈ ਬਰਬਾਦ ਕਰਦਾ ਹੈ ਹੁਣ ਤੁਸੀਂ ਵੇਖੋ ਦੋ ਕਿਸਮ ਦੇ ਲੋਕ ਹੁੰਦੇ ਪੜ੍ਹੇ ਲਿਖੇ ਇਹ ਕੋ ਹੁੰਦੇ ਜਿਨ੍ਹਾਂ ਚੂਹੇ ਦੀ ਤਰ੍ਹਾਂ ਸਿਰਫ ਕਿਤਾਬਾਂ ਟੁਕੀਆਂ ਨੇ ਇਹ ਕੋ ਹੁੰਦੇ ਹੁਣ ਤੁਹਾਨੂੰ ਐਡਵੋਕੇਟ ਐਸੇ ਵੀ ਮਿਲਣੇ ਨੇ ਜਿਨ੍ਹਾਂ ਧੀਆਂ ਨਾਲ ਰੇਪ ਹੁੰਦੇ ਨੇ ਉਹਨਾਂ ਦੇ ਕੇਸ ਕੇਵਲ ਫ੍ਰੀ ਲੜਨ ਵਾਲੇ ਵੀ ਐਡਵੋਕੇਟ ਸਮਾਜ ਦੇ ਵਿੱਚ ਨਿਤਰ ਕੇ ਸਾਹਮਣੇ ਹੁੰਦੇ ਐ ਐਦਾਂ ਦੇ ਐਡਵੋਕੇਟ ਵੀ ਹੈਗੇ ਜਿਨ੍ਹਾਂ ਦੀਆਂ ਧੀਆਂ ਦੇ ਨਾਲ ਸਹਰਿਆਂ ਨੇ ਤਸ਼ੱਦਦ ਕੀਤੇ ਤੇਲ ਪਾ ਕੇ ਸਾੜਤੀਆਂ ਉਹਨਾਂ ਨੇ ਕੇਸ ਫ੍ਰੀ ਲੜੇ ਇਹੋ ਜਿਹੇ ਵੀ ਵਕੀਲ ਹੈਗੇ ਸਾਰੇ ਸਮਾਜ ਵਿੱਚ ਇੱਕੋ ਜਿਹੇ ਲੋਕ ਕਦੀ ਨਹੀਂ ਹੁੰਦੇ بڑے ਪੁਲਿਸ ਅਫਸਰ ਐਸੇ ਵੀ ਹੁੰਦੇ ਜਿਹੜੇ ਮੰਤਰੀਆਂ ਦੀ ਪ੍ਰਵਾਹ ਕਰਨ ਤੋਂ ਬਿਨਾਂ ਵੀ ਉਹ ਅਗਲੇ ਆਪਣੇ ਸਿਰ ਤੇ ਅੱਗੇ ਹੋ ਕੇ ਤੇ ਸਟੈਂਡ ਲੈ ਜਾਂਦੇ ਨੇ ਭਾਵੇਂ ਇਹੋ ਜਿਹੇ ਲੋਕ ਸਮਾਜ ਵਿੱਚ ਉਂਗਲਾਂ ਤੇ ਗਿਣਨ ਵਾਲੇ ਹੁੰਦੇ ਨੇ ਪਰ ਹੁੰਦੇ ਜ਼ਰੂਰ ਨੇ ਡਾਕਟਰ ਵੀ ਹੁੰਦੇ ਨੇ ਜਿਹੜੇ ਮਰੀਜ਼ ਜਦੋਂ ਆਉਂਦਾ ਹੈ ਵੇਖ ਲੈਣ ਕਿ ਇੱਕ ਦਰਮਿਆਨੇ ਪਰਿਵਾਰ ਦਾ ਹੈ ਗਰੀਬ ਪਰਿਵਾਰ ਦਾ ਤੇ ਉਹਦਾ ਲਿਆਜ ਵੀ ਕਰਦੇ ਆ ਤਰਸ ਵੀ ਕਰਦੇ ਆ ਕੋਲੋਂ ਵੀ ਖਰਚ ਕਰਨ ਲਈ ਵੀ ਉਹਨਾਂ ਦੇ ਇਲਾਜ ਕਰਾਉਣ ਵਾਲੇ ਵੀ ਡਾਕਟਰ ਹੈਗੇ ਭਾਵੇਂ ਉਂਗਲਾਂ ਤੇ ਗਿਣਨ ਵਾਲੇ ਇਹ ਕੋਰ ਨੇ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਨੇ ਟੁਕੀਆਂ ਨਹੀਂ ਜੁਵਦੀ ਤਰ੍ਹਾਂ ਕਿਤਾਬਾਂ 'ਇਹ ਕੋਨੇ ਜਿਹੜੇ ਪੈਸਾ ਲੈ ਕੇ ਜਿਹੜੇ ਕਾਤਲ ਲੋਕ ਨੇ ਜਿਹੜੇ ਲੋਕ ਧੀਆਂ ਦਾ ਰੇਪ ਕਰਨ ਵਾਲੇ ਨੇ ਉਹਨਾਂ ਦੇ ਹੱਕ ਵਿੱਚ ਯਾਨੀ ਕਿ ਰੇਪ ਕਰਨ ਵਾਲਿਆਂ ਦੇ ਹੱਕ 'ਚ ਮੁਕਦਮਾ ਲੜਦੇ ਨੇ ਦੂਜੇ ਪੀੜਤ ਪਰਿਵਾਰ ਦੇ ਵਿਰੁੱਧ ਸਮਝ ਲਓ ਵੀ ਇਹੋ ਜਿਹੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਕਿਤਾਬਾਂ ਨੂੰ ਟੁੱਕਿਆ ਹੀ ਐ ਪੜ੍ਹਿਆ ਨਹੀਂ ਹੁਣ ਤੁਸੀਂ ਵੇਖੋ ਸਮਾਜਿਕ ਕਿਤਾਬਾਂ ਟੁੱਕਣ ਵਾਲੇ ਜ਼ਿਆਦੇ ਨੇ ਕਿ ਕਿਤਾਬਾਂ ਪੜ੍ਹਨ ਵਾਲੇ ਜਿਆਦਾ ਨੇ ਇਹ ਹੁਣ ਆਪਾਂ ਵੇਖਣਾ ਹੁਣ ਗੁਰੂ ਸਾਹਿਬ ਜੀ ਨੇ ਹੁਣ ਤੁਸੀਂ ਵੇਖੋ ਕਿੰਨੇ ਸਮਾਜ ਦੇ ਵਿੱਚ ਆਪਾਂ ਹੁਣ ਲੀਡਰ ਹੈ ਜਦੋਂ ਪਬਲਿਕ ਲੀਡਰ ਚੁਣਦੀ ਕਾਦੇ ਲਈ ਚੁਣਦੀ ਹੈ ਵੀ ਇਹਨੇ ਸਾਡੇ ਹੱਕਾਂ ਦੀ ਗੱਲ ਜਾ ਕੇ ਰਾਜ ਸਭਾ ਚ ਕਰਨੀ ਹੈ ਪਾਰਲੀਮੈਂਟ ਚ ਕਰਨੀ ਹੈ ਇਹਨੇ ਸਾਡੀ ਜਾ ਕੇ ਉਥੇ ਅਸੈਂਬਲੀ ਚ ਸਾਡੀ ਗੱਲ ਰੱਖਣੀ ਹੈ ਆਗੂ ਕਾਦੇ ਲਈ ਚੁਣਿਆ ਜਾਂਦਾ ਕਾਦੇ ਲਈ ਚੁਣਿਆ ਜਾਂਦਾ ਵੀ ਇਹਨੇ ਸਾਡਾ ਪੱਖ ਜਾ ਕੇ ਸਰਕਾਰ ਦੇ ਸਾਹਮਣੇ ਪੇਸ਼ ਕਰਨਾ ਹੁਣ ਜਿਨ੍ਹਾਂ ਨੇ ਚੁਣਿਆ ਹੈ ਜਿਹਨੇ ਜਿਹੇ ਪੱਖ ਪੇਸ਼ ਕਰਨਾ ਹੁਣ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਇੱਥੇ ਕਿੰਨੇ ਲੋਕ ਆ ਜਿਨ੍ਹਾਂ ਨੇ ਸਿਰਫ ਵਿਦਿਆ ਨੂੰ ਟੁੱਕਿਆ ਹੈ ਪੜ੍ਹਿਆ ਨਹੀਂ ਚਾਹੇ ਉਹ ਅਨੰਦਪੁਰ ਦੇ ਮਤੇ ਦੀ ਗੱਲ ਕਰ ਲਓ ਚਾਹੇ ਉਹ ਆ ਕਿਸਾਨ ਵਿਰੋਧੀ ਬਿੱਲਾਂ ਦੀ ਆਪਾਂ ਜੇ ਅਜੋਕੇ ਸਮੇਂ ਚ ਗੱਲ ਕਰ ਲਈਏ ਕੌਣ ਲੋਕ ਨੇ ਜਿਹੜੇ ਲੋਕ ਕਹਿੰਦੇ ਵੀ ਅਸੀਂ ਇਹ ਬਿੱਲ ਕਿਸਾਨ ਦੀ ਕਿਸਾਨ ਦੇ ਹੱਕ ਵਿੱਚ ਬਣਾਏ ਹੋਏ ਨੇ ਵੀ ਕਮਾਲ ਦੀ ਗੱਲ ਜਿਹਦੇ ਹੱਕ ਵਿੱਚ ਬਿੱਲ ਬਣਾਏ ਨੇ ਉਹਨੂੰ ਹੀ ਨਹੀਂ ਪਸੰਦ ਤੁਸੀਂ ਪੁੱਛੋਗੇ ਤਾਂ ਜਰੂਰ ਨਾ ਇੱਕ ਵਾਰ ਉਹ ਚੋਕੇ ਦਾ ਜਰੂਰ ਨਾ ਵੀ ਜੇ ਤੇਰੇ ਹੱਕ ਵਿੱਚ ਨਹੀਂ ਇਹਦਾ ਅਰਥ ਵੀ ਜੇ ਤੇਰੇ ਹੱਕ ਵਿੱਚ ਨਹੀਂ ਤੁਸੀਂ ਬਿੱਲ ਵਾਪਸ ਲੈ ਲੈਣੇ ਇਹਦਾ ਪਤਾ ਉਹਨਾਂ ਨੂੰ ਵੀ ਹੈਗਾ ਹੈ ਕੌਣ ਲੋਕ ਨੇ ਜਿਹੜੇ ਲੋਕ ਆਪਣੇ ਆਪ ਨੂੰ ਪੜੇ ਲਿਖੇ ਦੱਸ ਰਹੇ ਨੇ ਹੁਣ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਜਦੋਂ ਅਸੀਂ ਸਤਗੁਰ ਦੀ ਬਾਣੀ ਨੂੰ ਧਿਆਨ ਨਾਲ ਪੜਦੇ ਹਾਂ ਨਾ ਗੁਰਦੇਵ ਜੀ ਦਾ ਬਹੁਤ ਪਿਆਰਾ ਵਾਕ ਹੈ ਕਿ ਪਹਿਲੋਂ ਦੇਹ ਜੜ ਅੰਦਰ ਜੰਮੇ ਤਾ ਉਪਰ ਹੋਵੇ ਸ਼ਾਹ ਵਿਦਿਆ ਉਹ ਪਰਪਕਾਰ ਕਰਦੀ ਹੈ ਜਿਹਦੀ ਜੜ ਸੱਚ ਨਾਲ ਜੁੜੀ ਹੋਈ ਹੈ ਨਹੀਂ ਤੇ ਵਿਦਿਆ ਤੇ ਸੰਸਾਰ ਤੇ ਬਹੁਤ ਵਿਦਿਆ ਦੀ ਕਿਤੇ ਕਮੀ ਥੋੜਾ ਹੈ ਐਜੂਕੇਸ਼ਨ ਤੇ ਬਹੁਤ ਹੈ ਪਰ ਉਸ ਐਜੂਕੇਸ਼ਨ ਦਾ ਹੀ ਫਾਇਦਾ ਵਾ ਜਿਹੜੀ ਐਜੂਕੇਸ਼ਨ ਧਰਮ ਨਾਲ ਜੁੜੀ ਹੈ ਸੱਚ ਨਾਲ ਜੁੜੀ ਹੈ ਨਹੀਂ ਤੇ ਐਜੂਕੇਸ਼ਨ ਤਬਾਈ ਵੀ ਮਚਾਉਂਦੀ ਹੈ ਐਜੂਕੇਸ਼ਨ ਤਬਾਈ ਵੀ ਮਚਾ ਦਿੰਦੀ ਹੈ ਬੜਾ ਕੁਝ ਹੁੰਦਾ ਹੁਣ ਇੱਥੇ ਜਿਹੜੀ ਗੱਲ ਬੜੀ ਕਮਾਲ ਦੀ ਕੀ ਸਾਖਤ ਕੀ ਵਰਦਾ ਜਾਏ ਵਰਤਾਰੀ ਜੈਸੇ ਕਾਗਦ ਕੇ ਪਰ موسی ਟੂ ਗਵਾਵਤ काम ਨਹੀਂ गवारी शायद एक अनपढ़ बंदा ਕਿੰਨਿਆ ਸਾਲਾਂ ਚ ਵੀ ਉਹ ਬੇਈਮਾਨ ਨਾ ਕਰ ਸਕੇ ਪੜਿਆ ਲਿਖਿਆ ਇੱਕ ਇੱਕ ਦੋ ਅੱਖਰ ਪਾਉਣ ਨਾਲ ਜਿੱਦੀ ਵੱਡੀ ਬੇਈਮਾਨੀ ਕਰ ਸਕਦਾ ਦੋ ਅੱਖਰ ਪਾਉਣ ਨਾਲ ਹੁਣ ਤੁਸੀਂ ਵੇਖਿਓ ਸਾਡੇ ਸਮਾਜ ਚ ਬਹੁਤਿਆਂ ਲੋਕਾਂ ਨੇ ਕਈ ਵਾਰੀ ਐਂ ਹੀ ਕਹਦੇ ਨੇ ਵੀ ਕੋਈ ਐਵੇਂ ਸੋੜਾ ਸਤਗੁਰੂ ਨੂੰ ਬਾਣੀ ਚ ਕਹਿਣਾ ਪਿਆ ਸੀ ਪੜਿਆ ਮੂਰਖਾ ਕੀ ਹੈ ਪੜੇ ਨੂੰ ਹੁਣ ਕਮਾਲ ਦੀ ਗੱਲ ਆਪਾਂ ਕਹਿੰਦੇ ਪੜਾਈ ਨਾਲ ਬੰਦਾ ਸਿਆਣਾ ਬਣਦਾ ਬਾਣੀਆਂ ਦੀ ਪੜਿਆ ਮੂਰਖ ਹੈ ਦੰ ਬੁਰਕ ਸੁਣਿਓ ਹੁਣ ਪੜਿਆ ਮੂਰਖਾ ਕੀ ਹੈ ਕੌਣ ਜਿਸ ਲੱਭ ਲੋਭ ਅਹੰਕਾਰ ਉਦਾਂ ਪੜਿਆ ਮੂਰਖ ਨਹੀਂ ਆ ਜੇ ਲਾਲਚ ਹੈ ਤੇ ਫੇਰ ਬਾਣੀਆਂ ਦੀ ਤੂੰ ਮੂਰਖ ਹੈ ਕਿੰਨੇ ਡਾਕਟਰ ਨੇ ਜਿੱਥੇ ਮਰੀਜ਼ ਰਾਤ ਨੂੰ 11 ਵਜੇ ਵੈਲਟਿਨੇਟਰ ਤੇ ਉਹ ਡੈਥ ਹੋ ਜਾਂਦੀ ਵੈਲਟਿਨੇਟਰ ਤੇ ਉਹਨੂੰ ਉਹਨੂੰ ਆਕਸੀਜਨ ਦਾ ਪ੍ਰਬੰਧ ਕਰਕੇ ਤੇ ਐਦਾਂ ਐਦਾਂ ਪਰਿਵਾਰ ਨੂੰ ਪੇਸ਼ ਕੀਤਾ ਜਾਂਦਾ ਅਗਲੇ ਟੋ ਲੈਣਦੇ ਆ ਵੀ ਇਹਦੇ ਪਿੱਛੇ ਆਉਣ ਵਾਲੇ ਪਰਿਵਾਰਕ ਮੈਂਬਰ ਕਿਹੜੀਆਂ ਗੱਡੀਆਂ ਤੇ ਆ ਰਹੇ ਨੇ ਉਹ ਗੱਡੀ 10-12 ਲੱਖ ਦੀ ਰੇਂਜ ਦੀ ਹੈ ਕਿ 15 ਲੱਖ ਦੀ ਹੈ ਕਿਦਾਂ ਦਾ ਪਰਿਵਾਰ ਹੈ ਉਸ ਹਿਸਾਬ ਨਾਲ ਇਹ ਬਿੱਲ ਬਣਾਉਂਦੇ ਬਹੁਤ ਹਸਪਤਾਲਾਂ 'ਚ ਹੋ ਚੁੱਕਾ ਹੈ ਜਿਨ੍ਹਾਂ 'ਤੇ ਫਿਲਮਾਂ ਵੀ ਬਣ ਚੁੱਕੀਆਂ ਨੇ ਕਿ ਜਿੱਥੇ ਮਰੀਜ਼ ਮਰ ਚੁੱਕਾ ਹੈ ਇੱਕ ਇੱਕ ਹਸਪਤਲ ਦੇ ਵਿੱਚੋਂ ਡੈੱਡ ਬਾਡੀ ਨਿਕਲਦੀ ਹੈ ਪਤਾ ਵੀ ਮਾਤੜ ਬੰਦੇ ਉਹਨਾਂ ਕਿੱਡੀ ਜਾ ਕੇ ਚੈੱਕਅਪ ਕਰਾ ਲੈਣੀ ਵੀ ਇਸ ਦੀ ਡੈਥ ਕਿੰਨੀ ਦੇਰ ਪਹਿਲਾਂ ਹੋਈ ਹੈ ਪਤਾ ਵੀ ਜਾ ਕੇ ਹੁਣ ਜਿਹੜੇ ਲੋਕ ਲਾਸ਼ਾਂ ਦੇ ਸੌਦੇ ਕਰਦੇ ਨੇ ਤੁਸੀਂ ਵੀਖੋ ਇਨਸਾਨ ਖਵਾ ਸਕਦੇ ਤੁਸੀਂ ਅਸੀਂ ਜਲਾਦ ਦੀ ਗੱਲ ਕਰਦੇ ਹਾਂ ਵੀ ਜਲਾਦ ਜਿਹੜਾ ਬੱਕਰੇ ਵੜਦਾ ਉਹ ਕਸਾਈ ਹੈ। ਨਾ ਨਾ ਨਾ। ਕੱਲ ਕਾਤੀ ਰਾਜੇ ਕਸਾਈ। ਰਾਜੇ ਨੂੰ ਕਸਾਈ। ਹੁਣ ਕਿਹੜਾ ਰਾਜਾ ਹੈ ਜਿਹੜਾ ਬੱਕਰੇ ਵੜਦਾ ਹੈ ਜੀ? ਕਿਹੜਾ ਰਾਜਾ ਹੈ ਜਿਹੜਾ ਮੁਰਗੇ ਵੜਦਾ ਹੈ? ਕਸਾਈ ਰਾਜੇ ਨੂੰ ਕਸਾਈ ਕਿਉਂ ਕਿਆ? ਜਾਣੇ ਕਿ ਜਿਹੜਾ ਵੀ ਆਗੂ ਖਾਉਂਦਾ ਆਪਣੇ ਆਪ ਨੂੰ। ਕਸਾਈ ਤੇ ਕਹਲਾ ਬੱਕਰੇ ਮੁਰਗੇ ਵੜਦਾ। ਤੇ ਪਤਾ ਨਹੀਂ ਕਿੰਨੀਆਂ ਧੀਆਂ ਦੇ ਕਾਤਲ ਨੇ। ਉਹ ਕਸਾਈਆਂ ਨੂੰ ਕੱਟਨੇ। ਜਿਹੜੇ ਗੈਂਗ ਰੇਪ ਹੁੰਦੇ ਨੇ ਜਦੋਂ ਜਾ ਕੇ ਵੱਡੇ ਵੱਡੇ ਆਫੀਸਰ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਖਲਣ ਦੀ ਬਜਾਏ ਉਹਨਾਂ ਨਾਲ ਧੱਕਾ ਕਰਦੇ ਨੇ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਮਾਫ ਕਰਨਾ ਉਹ ਉਹ ਕਸਾਈਆਂ ਨੂੰ ਘਟਨੇ ਕਿਤੇ ਗੁਰੂ ਸਾਹਿਬ ਜੀ ਨੇ ਕਿੰਨਾ ਕਮਾਲ ਦਾ ਉਪਦੇਸ਼ ਇਥੇ ਬਖਸ਼ਿਸ਼ ਕੀਤਾ ਸਾਕਤ ਕੀ ਅਵਰਦਾ ਜਾਏ ਬਰਥਾਰੀ ਸਾਕਤ ਬੰਦੇ ਨੇ ਆਪਣੀ ਉਮਰ ਨੂੰ ਏਦਾਂ ਵਿਰਥ ਗਵਾ ਲਿਆ ਜੈਸੇ ਕਾਗਜ਼ ਕੇ ਪਾਰ ਜਿਵੇਂ ਕਾਗਜ਼ਾਂ ਦੇ ਢੇਰਾਂ ਦੇ ਢੇਰ ਮੂਸਾ ਟੂ ਗਵਾਵਤ ਚੂਹੇ ਨੇ ਟੁਕ ਟੋਕੇ ਗਵਾਤੇ ਬਰਬਾਦ ਕਰਤੇ ਕੰਮ ਨਹੀਂ ਗਵਾਰੀ ਬਿਖਈ ਦਿਨ ਰਹਿਣ ਇਵੇਂ ਹੀ ਗੁਜ਼ਾਰਾ ਹੈ ਗੁਰੂ ਅਰਜਨ ਸਾਹਿਬ ਦਾ ਵਾਕ ਹੈ ਬਿਖਈ ਵਕਾਰਾਂ ਚ ਪਿਆ ਬੰਦਾ ਦਿਨ ਰਹਿਣ ਇਵੇਂ ਹੀ ਗੁਜ਼ਾਰਾ ਹੈ ਗੋਬਿੰਦ ਨਾ ਭਜੇ ਗੋ ਧਰਤੀ ਬਿੰਦ ਧਰਤੀ ਦਾ ਮਾਲਕ ਧਰਤੀ ਦੇ ਮਾਲਕ ਜਾਨੀ ਕਿ ਸੱਚ ਨਾਲ ਸਾਝ ਨਹੀਂ ਪਾਉਂਦਾ ਗੋਬਿੰਦ ਨਾ ਭਜੇ ਅਹੰ ਬੁੱਧ ਮਾਤਾ ਹੰਕਾਰ ਚ ਮਸਤ ਹੋਇਆ ਜਨਮ ਜੂਏ ਜਿਉ ਹਾਰੇ ਜਿਵੇਂ ਜੂਏ ਚ ਬੰਦਾ ਆਪਣੀ ਜਾਇਦਾ ਆਧਾਰ ਜਾਂਦਾ ਆਪਣਾ ਕੀਮਤੀ ਸਮਾਂ ਉਹਨੇ ਜੂਏ ਚ ਹਾਰ ਦਿੱਤਾ ਵਿਖਈ ਦਿਨ ਰੈਣ ਇਵੇਂ ਹੀ ਗੁਜ਼ਾਰੈ ਗੋਬਿੰਦਨਾ ਭਜੈ ਅਹੰ ਬੁੱਧ ਮਾਤਾ ਮਸਤ ਹੋਇਆ ਜਨਮ ਜੂਏ ਜਿਉ ਹਾਰੇ ਨਾਮ ਅਮੋਲਾ ਪਰਮੇਸ਼ਰ ਦਾ ਨਾਮ ਜਿਹੜਾ ਅਮੋਲਕ ਸੀ ਪ੍ਰੀਤ ਨ ਤੈਸਿਓ ਉਹਦੇ ਨਾਲ ਸਾਂਝ ਨਹੀਂ ਪਈ ਪਰ ਲਿੰਦਾ ਹਿਤਕਾਰ ਪ੍ਰਾਇਨੰਦਿਆਂ ਨਾਲ ਵਿਸ਼ਿਆਂ ਵਿਚਾਰਨਾਂ ਬੁਰਾਈ ਨਾਲ ਖਿਤ ਕਰਕੇ ਬੈਠਾ ਹੋਇਆ। ਫਿਰ ਅਗੇ ਕਹਿੰਦੇ ਨੇ ਛਾਪਰ ਬਾਂਦ ਸਵਾਰੈ ਤ੍ਰਿਣਕੋ। ਇਹ ਤੇ ਇਦਾਂ ਵਾ ਜਿਵੇਂ ਕੱਖਾਂ ਦੀ ਬਣੀ ਹੋਈ ਛਾਨ ਨੂੰ ਸਵਾਰ ਰਿਹਾ ਏ। ਤੇ ਕਮਲਾ ਦਵਾਵੇ ਪਾਰਕ ਜਾ ਰਿਹਾ। ਉਹਦੇ ਬੰਨੇ ਬੰਨੇ ਦੁਆਰੇ ਪਾਵਕ ਜਾ ਰਿਹਾ। ਉਹਦੇ ਬੰਨੇ ਬੰਨੇ ਅੱਗ ਬਾਲ ਕੇ ਬੈਠੇ। ਕੋਈ ਕੱਖਾਂ ਦੀ ਛਾਨ ਦੇ ਲਾਗੇ ਅੱਗ ਬਾਲ ਕੇ ਬੈਠਾ ਹੋਵੇ ਉਹਨੂੰ ਸਿਆਣਾ ਕਹੋਗੇ ਤੁਸੀਂ? ਸੱਚ ਨਾਲੋਂ ਟੁੱਟੇ ਹੋਏ ਬੰਦੇ ਨੇ ਐਂਜੀ ਕੀਤਾ ਹੈ ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਆਪਣੇ ਬੰਨੇ ਬੰਨੇ ਵਿਸ਼ਿਆਂ ਵਕਾਰਾਂ ਦੀ ਅੱਗ ਬਾਲ ਕੇ ਬੈਠਾ ਹੈ ਦਵਾਵੈ ਦਵਾਰੈ ਪਾਵਕ ਜਾ ਰੇ ਤੂੰ ਕਿੰਨੇ ਪਿਆਰੇ ਸ਼ਬਦ ਇਥੇ ਵਰਤੇ ਕਦੇ ਕਲਰ ਪੋਰਟ ਉਠਾਵੈ ਮੁੰਡੇ ਕਲਰ ਦੀ ਪੰਡ ਆਪਣੇ ਸਿਰ ਤੇ ਚੱਕੀ ਹੋਈ ਹੈ ਤੇ ਅੰਮ੍ਰਿਤ ਮੰਨ ਤੇ ਡਰ ਹੈ ਹੁਣ ਕਲਰ ਪੋਰਟ ਉਠਾਵੈ ਮੁੰਡੇ ਮੁੰਡੇ ਦਾ ਅਰਥ ਕੀ ਹੈ ਸਿਰ ਤੇ ਹੁਣ ਕਿੰਨੇ ਪਿਆਰੇ ਸ਼ਬਦ ਵਰਤਨੇ ਕਲਰ ਪੋਟ ਉਠਾਵੇ ਮੁੰਡਾ ਕਲਰ ਦੀ ਪੰਡ ਜਿਹੜੀ ਹੈ ਸਿਰ ਤੇ ਚੱਕੀ ਹੁਣ ਸਿਰ ਦਾ ਸਿਰ ਤੇ ਚੱਕਣ ਦਾ ਸੀ ਕਿ ਕਲਰ ਵਿਸ਼ੇਵਕਾਰ ਨੇ ਵਿਸ਼ੇਵਕਾਰ ਸਿਰ ਤੇ ਚੱਕ ਲੈਨੇ ਜਿਹੜਾ ਅਮਰਤ ਸੀ ਉਹਨੂੰ ਆਪਣੇ ਮਨ ਤੋਂ ਬਾਹਰ ਕੱਢਦਾ ਆਪਣੇ ਮਨ ਵਿੱਚੋਂ ਉਸ ਵਿਕਾਰ ਨੂੰ ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਚੋਂ ਪਾਸੇ ਕਰਦਾ ਕਿੰਨੀ ਕਮਾਲ ਦੀ ਗੱਲ ਗੁਰੂ ਸਾਹਿਬ ਨੇ ਇੱਥੇ ਕਹਿੱਤੀ ਹੈ ਕਲਰ ਪੋਟ ਉਠਾਵੇ ਮੁੰਡਾ ਹੁਣ ਮੁੰਡੇ ਦਾ ਅਰਥ ਕੀ ਸਿਰ ਤੇ ਕਲਰ ਸਿਰ ਤੇ ਚੱਕ ਲਿਆ ਕੋ ਕਲਰ ਕਿਹੜੀ ਛਪੜੀ ਸੀ ਨਾ ਕਊਆ ਮਲ ਮਲਣਾ ਆਵੇ ਵਿਸ਼ਿਆਂ ਵਕਾਰਾਂ ਨੂੰ ਆਪਣੇ ਸਿਰ ਤੇ ਚੱਕ ਲਿਆ ਕਿਉਂਕਿ ਸਾਖਤ ਕੀ ਵਰਦਾ ਜਾਏ ਬਰਥਾਰੀ ਕਲਰ ਪੋਟ ਉਠਾਵੇਂ ਮੁੰਡੇ ਤੇ ਅੰਮ੍ਰਿਤ ਮੰਨ ਤੇ ਡਰ ਅੰਮ੍ਰਿਤ ਨੂੰ ਆਪਣੇ ਮਨ ਵਿੱਚੋਂ ਬਾਹਰ ਕੱਢ ਦਿੱਤਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਹੜਾ ਉਹਨੂੰ ਸਿਮਰਦਾ ਸੀ ਉਹਨੇ ਜੀਣਾ ਸੀ ਉਹਨੂੰ ਤਾਂ ਬਾਹਰ ਕੱਢਤਾ ਹੁਣ ਕਹਿੰਦੇ ਨੇ ਕਾਲਰਪੋਟ ਉਠਾਵੈ ਮੁੰਡੇ ਅਮਰਤਮਨ ਤੇ ਡਾਰੈ ਓੜੇ ਬਸਤਰ ਕਾਜਰ ਮੇਂ ਪਰਿਆ ਓੜੇ ਬਸਤਰ ਕਾਜਰ ਮੇਂ ਪਰਿਆ ਹੁਣ ਕੋ ਬੰਦਾ ਕਾਲ ਕੋਠੜੀ ਦੇ ਵਿੱਚ ਜਿੱਥੇ ਕਲਰ ਪਿਆ ਹੋਵੇ ਜਿੱਥੇ ਬੰਦਾ ਜਿੱਥੇ ਐਨ ਕੱਜਲ ਪਿਆ ਹੋਵੇ ਉਹਦੇ ਵਿੱਚੋਂ ਘੋਮ ਆਵੇ ਤੇ ਚਿੱਟੇ ਵਸਤਰ ਦਾ ਝੁੰਮ ਮਾਰਿਆ ਹੋਵੇ ਚਿੱਟੀ ਚਾਦਰ ਦਾ ਝੁੰਮ ਮਾਰਿਆ ਹੋਵੇ ਤੇ ਜਾਵੇ ਕੱਜਲ ਵਾਲੀ ਕੋਠੜੀ ਚ ਓੜੇ ਬਸਤਰ ਕਾਜਰ ਮੇਂ ਪਰਿਆ ਚਿੱਟੇ ਕੱਪੜੇ ਪਹਿਣ ਕੇ ਤੇ ਕੱਜਲ ਦੀ ਕੋਠੜੀ ਜਾ ਵੜੇ ਬੋਰ-ਬੋਰ ਫਿਰ ਝਾਰੇ ਉਹਨੂੰ ਝਾੜੀ ਜਾਵੇ ਅੱਛਾ ਚਿੱਟੇ ਬਿਸਤਰ ਝਾੜੇ ਵੀ ਕੱਜਲ ਲੈ ਦੇ ਵੜੇ ਫੇਰ ਜਾ ਕੇ ਕੱਜਲ ਦੀ ਕੋਠੜੀ ਚ ਸਾਕਤ ਬੰਦਾ ਇੰਜ ਕਰ ਰਿਹਾ ਕੀ ਕਰ ਰਿਹਾ ਭਲਾ ਜਾਣ ਕੇ ਕੱਜਲ ਦੀ ਕੋਠੜੀ ਦੇ ਵਿੱਚ ਵੀ ਜਾਂਦਾ ਤੇ ਉਹਨੂੰ ਝਾਰਦਾ ਕਿਦਾਂ ਪਾਠ ਵੀ ਕਰਦਾ ਪੂਜਾ ਵੀ ਕਰਦਾ ਗੁਰਦੁਆਰੇ ਵੀ ਜਾਂਦਾ ਹੰਮਨ ਵੀ ਕਰਾਉਂਦਾ ਮੰਦਰ ਵੀ ਜਾਂਦਾ ਪਾਠ ਵੀ ਕਰਦਾ ਗਰੰਥੀਆਂ ਕੋਲੋਂ ਅਰਦਾਸ ਮੈਂ ਸਾਰੀ ਗੱਲ ਕਰ ਰਿਹਾ ਕਾਮਨ ਗੱਲ ਹੈ ਚਾਹੇ ਕੋ ਹਿੰਦੂ ਹੈ ਚਾਹੇ ਕੋ ਮੁਸਲਮਾਨ ਹੈ ਚਾਹੇ ਕੋ ਸਿੱਖ ਕੋਈ ਵੀ ਹੋਵੇ ਆਪਣੀਆਂ ਧਾਰਮਿਕ ਰਸਮਾਂ ਪੂਰੀਆਂ ਨਿਭਾਉਂਦਾ ਹੈ ਓਡੇ ਬਸਤਰ ਕਾਜਰ ਮੇਂ ਪਰਿਆ ਵਸਤਰ ਵੀ ਪਾਉਂਦਾ ਚਿੱਟੇ ਵਸਤਰ ਵੀ ਪਾਉਂਦਾ ਤੇ ਕੱਜਲ ਦੀ ਕੋਸ਼ੜੀ ਚ ਵੀ ਵਰਦਾ ਯਾਨੀ ਕਿ ਪੁੱਠੇ ਕੰਮ ਨਹੀਂ ਛੱਡਦਾ ਤੇ ਮਹਾਰਾਜ ਅਗੇ ਅਣ ਕੇ ਮੰਦਰਾਂ ਵਿੱਚ ਜਾ ਕੇ ਮੱਥੇ ਵੀ ਪੂਰੇ ਟੇਕਦਾ ਯਾਨੀ ਕਿ ਧਾਰਮਿਕ ਰਸਮਾਂ ਵੀ ਪੂਰੀਆਂ ਨਿਭਾਉਂਦਾ ਵਾ ਓਡੇ ਬਸਤਰ ਕਾਜਰ ਮੇਂ ਪਰਿਆ ਬਹੁਤ ਬਾਰ ਫਿਰ ਚਾਰੇ ਕਿਤੇ ਕਾਟੇ ਪੇੜ ਡਾਲ ਉੱਪਰ ਠੜ ਉਸ ਬੰਦੇ ਦੀ ਹਾਲਤ ਪਤਾ ਕਿਹੜੀ ਆ ਵੀ ਜਿਹੜੇ ਟਾਣੇ ਤੇ ਬੈਠਾ ਨਾ ਉਸੇ ਟਾਣੇ ਦੀਆਂ ਜੜਾਂ ਵੱਢ ਰਿਹਾ ਕਾਟੇ ਪੇੜ ਡਾਲ ਪਰ ਠਾਡੋ ਕੱਟ ਪੇੜ ਰਿਹਾ ਤੇ ਖਲੋਤਾ ਟਾਣੀ ਤੇ ਆ ਜਿਹੜੇ ਦਰਖਤ ਦੇ ਟਾਣੇ ਤੇ ਬੈਠਾ ਨਾ ਸਿਆਣਾ ਬੰਦਾ ਜਦੋਂ ਦਰਖਤ ਦਰਖਤ ਸ਼ਾਖ ਦੇ ਸਰਦੀਆਂ ਜਦੋਂ ਦੇਨਉਂਦੇ ਆ ਉਹ ਬੰਦਾ ਜਿਸ ਬੰਨੇ ਬੈਠਾ ਦੂਜੇ ਬੰਨੇ ਸ਼ਾਖ ਦਾ ਇਹ ਕਮਲਾ ਕੀ ਕਰਦਾ ਬੈਠਾ ਟਾਣੇ ਤੇ ਤੇ ਜੜ ਵੱਢ ਰਿਹਾ ਜਦ ਕੱਟ ਐ ਪੇੜ ਡਾਲ ਪਰ ਠਾਡੋ ਡਾਲ ਦੇ ਉੱਤੇ ਖਲੋਤਾ ਤੇ ਖਾਏ ਖਾਏ ਮੁਸਕਰੈ ਤੇ ਨਾਲ ਮੁਸਕਰਾਉਂਦਾ ਵਾ ਹੱਸਦਾ ਵਾ ਜਿਵੇਂ ਚੂਹਾ ਜਦੋਂ ਕਿਤਾਬਾਂ ਟੁੱਕਦਾ ਨਾ ਹੱਸਦਾ ਵਾ ਉਹਨੂੰ ਇਹ ਨਹੀਂ ਪਤਾ ਵੀ ਹੱਸਣਾ ਤੇਰੇ ਲੱਕ ਚ ਸੋਟਾ ਅਣ ਕੇ ਵਜਣਾ ਅਗਲੇ ਨੇ ਬਿਸਕੁਟ ਯਹਰ ਵਾਲਾ ਲਿਆ ਕੇ ਰੱਖਣਾ ਤੇਰੀ ਜਿਵੇਂ ਗਦਾ ਨਹੀਂ ਕਰਦਾ ਮੇਰੋਂ ਗਦਾ ਹਰੀ ਅੰਗੂਰੀ ਗਦਾ ਚਰੇ ਜਿਵੇਂ ਹਰੀ ਹਰੀ ਅੰਗੂਰੀ ਗਦਾ ਖਾਂਦਾ ਤੇ ਫਿਰ ਉਹ ਜਦੋਂ ਕਿਸਾਨ ਨੂੰ ਜਾ ਕੇ ਕਿਸਾਨ ਨੂੰ ਦੱਸਦਾ ਵੀ ਤੇਰੇ ਖੇਤ ਚ ਕੋਈ ਜਾਨਵਰ ਵੜਿਆ ਕੋਈ ਪਸ਼ੂ ਵੜਿਆ ਉਹ ਫਿਰ ਘਰੋਂ ਲਿਆ ਕੇ ਸੋਟਾ ਚੱਕਦਾ ਉਹ ਲੈ ਆ ਕੇ ਜੋਰ ਨਾਲ ਜਿਹਨੂੰ ਗਧੇ ਦੇ ਲੱਕ ਚ ਮਾਰਦਾ ਉਦੋਂ ਤੇ ਹੱਸਦਾ ਸੀ ਹਰੀਆ ਗੂਰੀ ਗਧਾ ਚਰੈ ਨਿਤ ਉੱਠ ਹਾਸੇ ਹੀ ਗੇਮਰ ਹੈ ਉਦੋਂ ਹੀ ਹਿੰਗਦਾ ਸੀ ਜਦੋਂ ਲੱਕ ਚ ਲਿਆ ਕੇ ਸੋਟਾ ਵਜਾ ਜਦੋਂ ਖਾਂਦਾ ਸੀ ਜਦੋਂ ਮੁਸਕਰਾਉਂਦਾ ਸੀ ਇਦਾਂ ਹੀ ਜਦੋਂ ਵਿਸ਼ੇ ਵਕਾਰ ਭੋਗਦਾ ਬੰਦਾ ਜਿਹਨੂੰ ਰਿਸ਼ਵਤਾਂ ਲੈਂਦਾ ਵਕਾਰ ਭੋਗਦਾ ਬੇਈਮਾਨੀਆਂ ਕਰਦਾ ਜਿਹੜੇ ਦਰਖਤ ਦੇ ਟਾਣੇ ਤੇ ਬੈਠਾ ਉਹਦੇ ਨੂੰ ਜੜਾਂ ਵੱਡਦਾ ਉਦੋਂ ਉਦੋਂ ਆਪਣੇ ਆਪ 'ਚ ਹੱਸ ਰਿਹਾ ਵਾ ਟਾਣਾ ਵੱਢਣ ਲੱਗੇ ਆ ਜਦੋਂ ਉਤੋਂ ਡਿੱਗ ਪੈਂਦਾ ਨਾ ਫਿਰ ਫਿਰ ਹੁੰਦਾ ਹੁਣ ਸ਼ਬਦ ਵਰਤਿਆ ਗਿਰਿਓ ਜਾਇ ਰਸਾਤਲ ਪਰੇ ਹੁਣ ਕਮਲਿਆ ਤੂੰ ਤੇ ਟਾਣੇ ਉਸ ਤੇ ਬੈਠਾ ਜਿਹਦੀਆਂ ਜੜਾਂ ਵੱਡਣ ਡਿਆ ਸੀ ਗਿਰਿਓ ਜਾਇ ਰਸਾਤਲ ਪਰੇ ਹੁਣ ਤੂੰ ਤੇ ਡਿਗਣਾ ਹੀ ਸੀ ਸਿਟੀ ਸਿਟੀ ਸਰ ਭਾਰੇ ਹੁਣ ਸੋਚੋ ਦਰਖਤ ਦੇ ਟਾਣੇ ਤੇ ਬੈਠਾ ਹੋਵੇ ਤੇ ਦਰਖਤ ਦੀਆਂ ਜੜਾਂ ਵੜ ਰਿਆਂ ਜਦੋਂ ਦਰਖਤ ਡਿੱਗਣਾ ਤੂੰ ਕਿਉਂ ਨਹੀਂ ਡਿੱਗੇਗਾ ਇਹਨੂੰ ਕਹਿੰਦੇ ਸਾਕਤ ਕੇ ਵਰਦਾ ਜਾਏ ਵਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੋ ਗਵਾਵਤ ਕਾਮ ਨਹੀਂ ਗਵਾਦੇ ਪਾਸ਼ਾ ਕਹਿੰਦੇ ਨਿਰਵੈਰ ਸੰਗ ਵੈਰ ਰਚਾਏ ਜਿਹੜੇ ਰੱਬੀ ਗੁਣ ਸੀ ਪਰਮੇਸ਼ਰ ਦੇ ਨਿਰਵੈਰ ਉਹਦੇ ਨਾਲ ਵੈਰ ਰਚਾ ਕੇ ਬੈਠਾ ਉਹਦੇ ਨਾਲ ਦੂਰੀ ਬਣਾ ਕੇ ਬੈਠਾ ਜਿਹੜੇ ਪੰਜ ਮਨਾਏ ਸੀ ਨਾ ਪੰਜਰ ਸੌਣੇ ਸੀ ਜਿਨ੍ਹਾਂ ਨੂੰ ਰਸਾਉਣਾ ਸੀ ਉਹਨਾਂ ਨੂੰ ਮਨਾ ਕੇ ਬੈਠਾ ਜਿਨ੍ਹਾਂ ਨੂੰ ਮਨਵਾਉਣਾ ਸੀ ਉਹਨਾਂ ਨੂੰ ਰਸਾ ਕੇ ਬੈਠਾ ਹੁਣ ਇਹ ਤੇ ਸ਼ਬਦ ਵਰਤਿਆ ਨਰਵੈਰੇ ਸੰਗ ਵੈਰ ਰਚਾਏ ਪਹੁੰਚ ਨਾ ਸਕਿਆ ਗਵਾਰੇ ਜਿਸ ਮੁਕਾਮ ਤੇ ਨੇ ਜਿਸ ਮੰਜ਼ਲ ਤੇ ਪਹੁੰਚਣਾ ਸੀ ਇਹ ਗਵਾਰ ਉਥੇ ਪਹੁੰਚ ਨਹੀਂ ਸਕਿਆ ਕਿਉਂਕਿ ਰੱਬੀ ਗੁਣਾ ਦੇ ਨਾਲੇ ਦੂਰੀ ਬਣਾ ਕੇ ਬੈਠਾ ਕੋ ਨਾਨਕ ਸੰਤਨ ਕਾ ਰਾਖਾ ਹੈ ਨਾਨਕ ਜਿਹੜਾ ਜਿਹੜੇ ਸੱਚ ਦੇ ਪਿਆਰੇ ਨੇ ਉਹਨਾਂ ਦਾ ਉਹ ਰਾਖਾ ਹੈ ਪਾਰ ਬ੍ਰਹਮ ਨਿਰੰਕਾਰੇ ਪਾਰ ਬ੍ਰਹਮ ਨਿਰੰਕਾਰ ਹਮੇਸ਼ਾ ਜਿਹੜਾ ਉਹਦੇ ਨਾਲ ਸਾਝ ਪਾਉਂਦਾ ਉਹਦੀ ਰਾਖੀ ਕਰਦਾ ਕਾਈ ਬਣੀ ਚੱਖੀ ਸੀ ਰੱਖਾ ਇੱਕ ਹਮਾਰਾ ਸੁਆਮੀ ਸਗਲ ਕਟਾਂ ਦਾ ਅੰਤਰਜਾਪ ਤੋ ਪਾਸ਼ੇ ਤੇ ਕਹਿੰਦੇ ਨੇ ਸਾਖਤ ਕੇ ਵਰਦਾ ਜਾਏ ਬਰਥਾਰੀ ਸੱਚ ਨਾਲੋਂ ਟੁੱਟੇ ਹੋਏ ਬੰਦੇ ਦੀ ਜਿਹੜੀ ਆਰਜੂ ਹੈ ਵਿਅਰਥ ਜਾਂਦੀ ਹੈ ਕਿਦਾਂ ਜੈਸੇ ਕਾਗਦ ਕੇ ਪਾਰ موسی ਡੂ ਗਵਾਵਤ ਜਿਵੇਂ ਪੇਪਰਾਂ ਦੇ ਢੇਰ ਲੱਗੇ ਹੋਣ ਤੇ ਚੂਹਾ ਟੋਕ ਟੋਕ ਕੇ ਕਿਤਾਬਾਂ ਨੂੰ ਬਰਬਾਦ ਕਰਦਾ ਕਾਮ ਨਹੀਂ ਗਵਾਰੀ ਗਵਾਰਦੇ ਉਹ ਕਿਸੇ ਕੰਮ ਨਾਲ ਬਹੁਤ ਬੰਦਿਆਂ ਨੇ ਆਪਣੀ ਜ਼ਿੰਦਗੀ ਚ ਐਜੂਕੇਸ਼ਨ ਨੂੰ ਸਵਾਏ ਟਕਣ ਤੋਂ ਕੱਖ ਵੀ ਨਹੀਂ ਕੀਤਾ ਉਹਨਾਂ ਵੱਲ ਵੇਖ ਕੇ ਇੱਕ ਪੜ੍ਹਿਆ ਲਿਖਿਆ ਬੰਦਾ ਪੜ੍ਹੇ ਲਿਖੇ ਬੰਦੇ ਵੱਲ ਵੇਖ ਕੇ ਅਨਪੜ੍ਹ ਕਹਿੰਦਾ ਤੇਰੇ ਨਾਲੋਂ ਮੈਂ ਚੰਗਾ। ਵੀ ਮੈਂ ਤੇਰੇ ਨੂੰ ਇੰਨੀਆਂ ਕਿਤਾਬਾਂ ਨਹੀਂ ਪੜ੍ਹੀਆਂ। ਪਰ ਤੂੰ ਤੇ ਕਿਤਾਬਾਂ ਪੜ੍ਹ ਕੇ ਅੱਖਰ ਪੜ੍ਹੇ ਨੇ। ਫੇਰ ਜੇਲ੍ਹ ਚਲਾ ਗਿਆ ਫੇਰ ਤੂੰ ਮੂੰਹ ਕਾਲਾ ਕਰ ਲਿਆ। ਫੇਰ ਸ਼ੁੱਤ ਲੈਂਦਾ ਪੜਿਆ ਗਿਆ। ਡਾਕਟਰ ਸਾਹਿਬ ਅਸੀਂ ਨਸ਼ਾ ਪੀਂਦੇ ਗੱਲ ਹੋਰ ਸੀ ਸਾਡੇ ਕੋਲ ਤੇ ਐਜੂਕੇਸ਼ਨ ਸੀ ਤੁਸੀਂ ਤੁਹਾਡੇ ਕੋਲ ਤੇ ਐਜੂਕੇਸ਼ਨ ਸੀ। ਕੋਈ ਬੰਦਾ ਹੋਰ ਰਿਸ਼ਵਤ ਲੈਂਦਾ ਹੋਰ ਬੇਈਮਾਨੀ ਕਰਦਾ ਤੇ ਗੱਲ ਹੋਰ ਸੀ ਨੂੰ ਪਤਾ ਨੂੰ ਸਾਰਾ ਕੁਝ ਪਤਾ ਸੀ। ਹੁਣ ਇਦਾਂ ਮਾਰ ਕੇ ਵੇਖੋ ਧਿਆਨ ਕਿੰਨੇ ਬੰਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਚੂਹੇ ਦੀ ਤਰ੍ਹਾਂ ਕਤਾਬਾਂ ਟੁਕੀਆਂ ਨੇ ਕਿੰਨੇ ਲੋਕ ਨੇ ਹੁਣ ਇਥੇ ਸ਼ਬਦ ਵਰਤਿਆ ਪਰਹਰਨਾ ਆਸ ਆਸਾਕਤ ਦੀ ਡੈਫੀਨੇਸ਼ਨ ਹੈ ਪਰਹਰਨਾ ਦੂਜੇ ਦੀ ਕਮਾਈ ਤੇ ਨਿਗਾਹ ਰੱਖਣੀ ਆ ਆ ਡੈਫੀਨੇਸ਼ਨ ਆ ਸਾਾਕਤ ਦੀ ਕਲੀਅਰ ਕਰ ਰਿਹਾ ਪਰਹਰਨਾ ਪ੍ਰਾਈ ਜਾਇਦਾਦ ਨੂੰ ਹਰਨਾ ਹੁਣ ਸ਼ਬਦ ਹੁੰਦਾ ਪਰਹਰਨਾ ਪ੍ਰਾਇਤਨ ਚੁਰਾਉਣਾ ਪ੍ਰਾਇਤਨ ਤੇ ਨਿਗਾਹ ਰੱਖਣੀ ਪਰ ਹਰਨਾ ਲੋਭ ਹੁਣ ਲੋਭ ਸ਼ਬਦ ਵਰਤੇ ਕਿਉਂਕਿ ਇਹ ਜਦ ਤੱਕ ਸੰਗਲ ਹੁੰਦਾ ਨਾ ਕੁੰਡੀ ਚ ਕੁੰਡੀ ਫਸੀ ਹੁੰਦੀ ਹੈ ਇਹ ਇੱਕ ਵਿਕਾਰ ਦੂਜੇ ਵਿਕਾਰ ਨਾਲ ਅਟੈਚ ਹੈ ਜਦੋਂ ਬੰਦਾ ਦੂਜੇ ਦੀ ਕਮਾਈ ਤੇ ਨਿਗਾਹ ਰੱਖਦਾ ਤੇ ਲਾਲਚ ਤੋਂ ਬਿਨਾ ਨਹੀਂ ਰੱਖ ਸਕਦਾ ਲਾਲਚ ਹੋਏਗਾ ਤੇ ਪ੍ਰਾਈ ਕਮਾਈ ਤੇ ਨਿਗਾਹ ਰੱਖਣੀ ਹੈ ਹੁਣ ਬੰਦਾ ਕਹੇ ਲਾਲਚ ਨਹੀਂ ਹੈਗਾ ਮੇਰੇ ਕੋਲ ਪਰ ਮੇਸ਼ ਰਿਸ਼ਵਤ ਲੈਣਾ ਇਹ ਕਿੱਦਾਂ ਹੋ ਸਕਦਾ ਲਾਲਚ ਨਹੀਂ ਹੈਗਾ ਮੇਰੇ ਚ ਪਰ ਚਾਹਨਾ ਵਾ ਵੀ ਲੜਕੇ ਦੇ ਸਹੁਰੇ ਦਾਜ ਦੇ ਜਣ ਲਾਲਚ ਕਿਉਂ ਨਹੀਂ ਇਹ ਗੱਲ ਹੈ ਇਹੋ ਤੇ ਲਾਲਚ ਹੈ ਪਰ ਹਰਨਾ ਲੋਭ ਹੁਣ ਤੀਜਾ ਸ਼ਬਦ ਆ ਗਿਆ ਇੱਥੇ ਝੂਠ ਹੁਣ ਇੱਕ ਬੰਦਾ ਲਾਲਚੀ ਕਵੇ ਕਿ ਮੈਂ ਹੁਣ ਤੁਸੀਂ ਵੇਖੋ ਲਾਲਚੀ ਬੰਦਾ ਝੂਠਾ ਵੀ ਹੋਏਗਾ ਕਿਉਂ ਕਿ ਜਿਹੜਾ ਲਾਲਚੀ ਬੰਦਾ ਉਹ ਕਦੀ ਨਹੀਂ ਮੂੰਹ ਮੰਨਦਾ ਕਿ ਮੈਂ ਲਾਲਚੀ ਹਾਂ ਝੂਠ ਬੋਲ ਰਿਹਾ ਹੁੰਦਾ ਉਹ ਜਿਨ੍ਹਾਂ ਨੇ ਮੂੰਹ ਮੰਗਵਾ ਕੇ ਦਾਜ ਲੈ ਹੁੰਦੇ ਆ ਨਾ ਜਿਨ੍ਹਾਂ ਨੇ ਵਿਚੋਲਿਆਂ ਦੇ ਹੱਥ ਲਿਸਟਾਂ ਭੇਜ ਜਾਂਦੀਆਂ ਪੰਚਾਇਤਾਂ 'ਚ ਬੈਠ ਕੇ ਉਹੋ ਹੀ ਕਈ ਵਾਰੀ ਦਾਜ ਵਾਲੇ ਪਰਿਵਾਰ ਦੇ ਫੈਸਲੇ ਕਰ ਰਹੇ ਹੁੰਦੇ ਆ ਤੇ ਲੋਕ ਹੱਸ ਰਹੇ ਹੁੰਦੇ ਵੀ ਇਹਨਾਂ ਦੇ ਆਪ ਮੂੰਹ ਮੰਗੇ ਲਿਆ ਆਪ ਮੂੰਹ ਮੰਗੇ ਲੈਣਾ ਸਦਾ ਕਹਤ ਅਸੀਂ ਵੀ ਚੋਲੇ ਨਾਲ ਲਿਸਟ ਭੇਜੀ ਸੀ ਵੀ ਆ ਚੀਜ਼ਾਂ ਲੈ ਕੇ ਆਇਓ ਹੁਣ ਇਥੇ ਸ਼ਬਦ ਵਰਤੇ ਨੇ ਪਰਹਰਨਾ ਦੂਜੇ ਦੀ ਕਮਾਈ ਤੇ ਨਿਗਾਹ ਰੱਖਣੀ ਲੋਭ ਲਾਲਚ ਲਾਲਚ ਹੈਗਾ ਵਾ ਤੀਜਾ ਆ ਗਿਆ ਝੂਠ ਤੇ ਚੌਥਾ ਸ਼ਬਦ ਆ ਗਿਆ ਨਿੰਦ ਹੁਣ ਚਾਰ ਸ਼ਬਦ ਦੂਜੇ ਦੀ ਕਮਾਈ ਤੇ ਨਿਗਾਹ ਰੱਖਣੀ ਨਿਗਾਹ ਤਾਂ ਰੱਖੇਗਾ ਜੇ ਲਾਲਚ ਹੋਏਗਾ ਤੇ ਲਾਲਚੀ ਬੰਦਾ ਪੱਕਾ ਝੂਠਾ ਵੀ ਹੋਏਗਾ ਕਿਉਂਕਿ ਮੂੰਹ ਮੰਨਦਾ ਨਹੀਂ ਮੈਂ ਲਾਲਚੀ ਤੇ ਚੌਥਾ ਸ਼ਬਦ ਹੈ ਨਿੰਦ ਫਿਰ ਉਹ ਜਦੋਂ ਨੂੰ ਕੋਈ ਕਹਿੰਦਾ ਨਾ ਤੂੰ ਝੂਠਾ ਵਾ ਫਿਰ ਉਹ ਕੋਲੋਂ ਗੱਲਾਂ ਬਣਾ ਕੇ ਦੂਜੇ ਨੂੰ ਬਦਨਾਮ ਕਰਦਾ ਵੀ ਦੂਜੇ 'ਚ ਉਹ ਲੁਕਸ ਹੁੰਦਾ ਨਹੀਂ ਆ ਪਰ ਕੋਲੋਂ ਗੱਲਾਂ ਬਣਾਉਂਦਾ ਫਿਰ ਉਹਦਾ ਨਾ ਦਿਮਾਗ ਆ ਨਾ ਉਹ ਇੱਕ ਫੈਕਟਰੀ ਬਣ ਜਾਂਦਾ ਦੂਜੇ ਨੂੰ ਬਦਨਾਮ ਕਰਨ ਵਾਲੇ ਗੱਲਾਂ ਕਰਨ ਦੀ ਜਿਵੇਂ ਫੈਕਟਰੀ 'ਚ ਜਿਹਦਾ ਸਮਾਨ ਤਿਆਰ ਹੁੰਦਾ ਕਾਰਖਾਨੇ 'ਚ ਮਟੀਰੀਅਲ ਤਿਆਰ ਹੁੰਦਾ ਉਹ ਆਪਣੇ ਬ੍ਰੇਨ ਚ ਆਪਣੀ ਸੁਰਤ ਫਿਰ ਉਹ ਗੱਲਾਂ ਦੀ ਤਿਆਰੀ ਕਰਦਾ ਜਿਹਦੇ ਨਾਲ ਉਹਨੇ ਦੂਜਿਆਂ ਨੂੰ ਲਾਲਚੀ ਬੇਈਮਾਨ ਥਾਗ ਇਹ ਸਿੱਧ ਕਰਨਾ ਨਿੰਦ ਕਰਦਾ ਫਿਰ ਉਹ ਫਿਰ ਫੁੱਲ ਨੂੰ ਕੰਡਾ ਕਹਿੰਦਾ ਕੰਡੇ ਨੂੰ ਕੰਡਾ ਕਹਿਣਾ ਨਹੀਂ ਗਲਤ ਪਰ ਫੁੱਲ ਨੂੰ ਕੰਡਾ ਕਹਿੰਦਾ ਉਹ ਕੋੜੋਂ ਗੱਲਾਂ ਬਣਾ ਕੇ ਦੂਜੇ ਨੂੰ ਬਦਨਾਮ ਕਰਦਾ ਨਿੰਦ ਐਵੇਂ ਹੀ ਕਰਤ ਗੁਦਾਰੀ ਏਦਾਂ ਕਰਕੇ ਉਹ ਗੁਜ਼ਾਰਦਾ ਕਿਉਂ ਕਿ ਸਾਖਤ ਕੀ ਵਰਦਾ ਜਾਏ ਮਰਥਰੀ ਸਖਤ ਬੰਦੇ ਦੀ ਇਹ ਡੈਫੀਨੇਸ਼ਨ ਹੈ ਇਹ ਪਰਭਾਸ਼ਾ ਹੈ ਹੁਣ ਤੁਸੀਂ ਇਹੋ ਜਿਹੇ ਬੰਦੇ ਤੁਸੀਂ ਵਖੋ ਮੰਦਰ ਵੀ ਜਾਣਗੇ ਗੁਰਦੁਆਰੇ ਵੀ ਜਾਣਗੇ ਪਾਠ ਪੂਜਾ ਵੀ ਕਰਨਗੇ ਨਮਾਜ਼ ਵੀ ਪੜਨਗੇ ਜਿੱਥੇ ਵੀ ਜਿਸ ਮਤ ਵਿੱਚ ਵੀ ਐਸੇ ਬੰਦੇ ਹੋਣਗੇ ਬਾਹਰਲੇ ਰਸਮਾਂ ਵੀ ਪੂਰੀਆਂ ਕਰਨਗੇ ਤੇ ਕਈ ਵਾਰੀ ਉਹ ਇਹਨਾਂ ਵਿਸ਼ਿਆਂ ਤੇ ਸਭ ਤੋਂ ਵੱਧ ਬੋਲਦੇ ਆ ਜਦੋਂ ਪਤਾ ਹੁੰਦਾ ਵੀ ਇਹ ਇਹ ਚ ਕਮੀ ਹੈ ਲਾਲਚ ਬਾਰੇ ਭੁੱਲਣਾ ਵੀ ਆਪ ਲਾਲਚ ਨਕਾ ਨਕ ਭਰਿਆ ਪਿਆ ਹੁਣ ਸਤਗੁਰ ਦੀ ਬਾਣੀ ਕਹਿੰਦੀ ਹੈ ਪਰ ਹਰਨਾ ਬਾਕੀ ਗੱਲ ਇਹ ਹੈ ਉਹਦੇ ਇਰਦ ਗਿਰਦ ਲੋਕਾਂ ਨੇ ਵਸਣਾ ਵੀ ਇਹ ਬੰਦੇ ਦਾ ਵਿਹਾਰ ਕੀ ਹੈ ਜਦੋਂ ਬੰਦਾ ਸਮਾਜ ਵਿੱਚ ਵਿਚਰਦਾ ਹੈ ਨਾ ਉਹਦੇ ਜਿਹੜੇ ਬੰਦਿਆਂ ਨਾਲ ਉਹਦਾ ਵਿਹਾਰ ਹੈ ਉਹਨਾਂ ਦੱਸਣਾ ਵੀ ਇਹ ਲਾਲਚੀ ਹੈਗਾ ਕਿ ਨਹੀਂ ਹੈਗਾ ਇਹਦੇ ਵਿਹਾਰ ਤੋਂ ਪਤਾ ਲੱਗੂਗੇ ਜਦੋਂ ਇਹ ਬੰਦਾ ਰਹਿੰਦਾ ਪਤਾ ਲੱਗ ਜਾਂਦਾ ਕਿਉਂਕਿ ਐਸੇ ਹੀ ਠਾਕ ਦੇਉ ਬਖਾਨੇ ਇਹੋ ਜਿਹੇ ਬੰਦੇ ਨੂੰ ਫਿਰ ਠੱਗਾ ਦਾ ਆਗੂ ਕਹਿ ਕੇ ਸੰਸਾਰ ਜਾਦ ਕਰਦਾ ਉਹਦਾ ਨਾਂ ਪੈ ਜਾਂਦਾ ਨਾ ਜੋ ਧਰਮ ਕਮਾਵੇ ਤਿਸ ਧਰਮ ਨਾਲ ਹੋਏ ਪਾਪ ਕਮਾਣੇ ਪਾਪੀ ਜਾਣੀ ਮਾਤਾ ਦੇ ਗਰਭ ਤੋਂ ਨਾਕੁਤਰ ਨਹੀਂ ਪੈਦਾ ਹੋਇਆ ਤੇ ਨਾਕੁਤਰ ਹੀ ਪੈਦਾ ਹੋਇਆ ਉਹਦੇ ਕੰਮਾਂ ਨੇ ਧਰਮੀ ਬਣਾਉਣਾ ਉਹਦੇ ਕੰਮਾਂ ਨੇ ਧਰਮੀ ਬਣਾਉਣਾ ਤੋਂ ਇਥੇ ਸ਼ਬਦ ਵਰਤਿਆ ਮ੍ਰਿਗ ਤ੍ਰਿਸ਼ਨਾ ਜਿਵੇਂ ਹਿਰਨ ਦੇ ਅੰਦਰ ਇੱਕ ਤ੍ਰਿਸ਼ਨਾ ਮੰਨੀ ਗਈ ਜਦੋਂ ਭਜਦਾ ਨਾ ਹਿਰਨ ਉਹਨੂੰ ਇੰਜ ਲੱਗਦਾ ਵੀ ਅੱਗੇ ਪਾਣੀ ਹੈ ਉਹਨੂੰ ਥੋੜੇ ਦੂਰ ਤੇ ਪਾਣੀ ਲੱਗਦਾ ਪੂਰਾ ਪੱਟਾਂ ਦਾ ਯੋਰ ਲਾਉਂਦਾ ਲੱਤਾਂ ਦਾ ਯੋਰ ਲਾ ਕੇ ਭਜਦਾ ਪੂਰੇ ਯੋਰ ਨਾਲ ਅੱਗੇ ਜਾਂਦਾ ਪਾਣੀ ਉੱਥੇ ਹੁੰਦਾ ਹੀ ਨਹੀਂ ਉਹਨ ਮਿਰਗ ਤishna ਕਹਿੰਦੇ ਪੱਜਾ ਜਾਂਦਾ ਪੱਜਾ ਜਾਂਦਾ ਫਿਰ ਮਿਰਗ ਨੂੰ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਜਿਵੇਂ ਬਾਣੀ ਚ ਲਿਖਿਆ ਨਾ ਵੀ ਕਸਤੂਰੀਓ ਦੇ ਅੰਦਰ ਸੀ ਲਵਦਾ ਬਾਹਰ ਪਿਆ ਸੀ ਘਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਜਿਵੇਂ ਮਿਰਗ ਨੂੰ ਕਸਤੂਰੀ ਦਾ ਨਹੀਂ ਉਹਦੇ ਮਨ ਚ ਵੀ ਇਧਰੋਂ ਸੁਗੰਧ ਦੀ ਆ ਰਹੀ ਹਵਾ ਟੱਚ ਕਰਦੀ ਉਹਦੀ ਨਾਭੀ ਨਾਲ ਉਹਨੂੰ ਇੰਜ ਲੱਗਦਾ ਸੀ ਵੀ ਸੁਗੰਧ ਇਧੋਂ ਆ ਰਹੀ ਆ ਪਰ ਜਦੋਂ ਅੰਤਲਾ ਸਮਾ ਆਇਆ ਜਦੋਂ ਉਹਨੇ ਵੇਖਿਆ ਵੀ ਸੁਗੰਧੀ ਤੇ ਮੇਰੇ ਆਪਣੇ ਅੰਦਰੋਂ ਆ ਰਹੀ ਆ ਪਰਮਦਾ ਪਰਮ ਭਲਾ ਆ ਬੰਦੇ ਨਾਲ ਵੀ ਐਸਾ ਹੀ ਹੋ ਰਿਹਾ ਬੰਦਾ ਵੀ ਮ੍ਰਿਗ ਤ੍ਰਿਸ਼ਨਾ ਜਿਵੇਂ ਮ੍ਰਿਗ ਤ੍ਰਿਸ਼ਨਾ ਨਹੀਂ ਹੁੰਦੀ ਮ੍ਰਿਗ ਤ੍ਰਿਸ਼ਨਾ ਆਸ ਮਿੱਠਿਆ ਮਿੱਠੀ ਜਿਵੇਂ ਮ੍ਰਿਗ ਦੀ ਤ੍ਰਿਸ਼ਨਾ ਨਾ ਇਦਾਂ ਬੰਦੇ ਨੂੰ ਵੀ ਆਸ ਮਿੱਠਿਆ ਮਿੱਠੀ ਆ ਵੀ ਆ ਚੀਜ਼ ਮਿਲ ਗਈ ਤੇ ਮੈਂ ਸੁਖੀ ਹੋ ਜਾਣਾ ਆ ਚੀਜ਼ ਮਿਲ ਗਈ ਤੇ ਸੁਖੀ ਹੋ ਜਾਣਾ ਉੱਥੇ ਚ ਲੱਗ ਗਿਆ ਤੇ ਮੈਂ ਸੁਖੀ ਹੋ ਜਾਣਾ ਆ ਵਕਾਰ ਭੁਗ ਇਦਾਂ ਕੰਮ ਕਰ ਲੇ ਤੇ ਮੈਂ ਸੁਖੀ ਹੋ ਜਾਣਾ ਪਾ ਸਕ ਨਹੀਂ ਦਿੰਦਾ ਸਾਕਤ ਕੀ ਵਰਦਾ ਜਾਏ ਬਿਰਥਾਰੀ ਜੈਸੇ ਕਾਗਤ ਕੇ ਭਾਰ ਮੂਸਾ ਟੂ ਗਵਾਵਤ ਕਾਮ ਨਹੀਂ ਗਾਵਾਰੀ ਸਾਕਤ ਕੀ ਵਰਦਾ ਜਾਏ ਬਿਰਥਾਰੀ ਹੁਣ ਸਿਰ ਕਾ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮਿਠੀ ਹੈਗੀ ਮਿਥ ਸੀ ਪਰ ਮਿੱਠੀ ਲੱਗਦੀ ਸਾਕਤ ਨੂੰ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮਿਠੀ ਜਿਵੇਂ ਹਿਰਨ ਜਿਹੜਾ ਵਾ ਉਹਨੂੰ ਉਹ ਇਸੇ ਮਿਰਗ ਤ੍ਰishna ਕਰਕੇ ਭੱਜਾ ਫਿਰਦਾ ਵੀ ਅੱਗੇ-ਅੱਗੇ ਦੌੜਦਾ ਵੀ ਸ਼ਾਇਦ ਅੱਗੇ ਉੱਥੋਂ ਪਾਣੀ ਮਿਲ ਜਣੇ ਮਿਰਗ ਤ੍ਰishna ਆਸ ਮਿੱਥਿਆ-ਮੀਠੀ ਇਹ ਟੇਕ ਮਨੈ ਸਾਧਾਰੀ ਸੱਚ ਨਾਲੋਂ ਟੁੱਟੇ ਹੋਏ ਬੰਦੇ ਨੇ ਆਪਣੇ ਮਨ ਵਿੱਚ ਇਹ ਟੇਕ ਧਾਰੀ ਹੋਈ ਆ ਉਹ ਆਪਣੀ ਜ਼ਿੰਦਗੀ ਦਾ ਕੀਮਤੀ ਸ਼ਰਮਾ ਟੁੱਕੀ ਜਾ ਰਿਹਾ ਹੈ ਪੈਸੇ ਦੀ ਜਾਤ ਕਦੇ ਦ੍ਰਿਸ਼ਟ ਨਤਾਰਤ ਇਹ ਟੇਕ ਮਨੇ ਇਹ ਟੇਕ ਇਹ ਟੇਕ ਆਪਣੇ ਮਨ ਵਿੱਚ ਸਾਧਾਰੀ ਟਿਕਾਈ ਹੋਈ ਆ ਆਪਣੇ ਮਨ ਦੇ ਵਿੱਚ ਜਨਕ ਇਹਦਾ ਆਸਰਾ ਲਿਆ ਹੋਇਆ ਸੱਚ ਨਾਲ ਟੁੱਟੇ ਹੋਏ ਬੰਦੇ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਹੇ ਪਾਰ ਬ੍ਰਹਮ ਸੁਆਮੀ ਜੀ ਮੈਂ ਤੁਹਾਡੀ ਕਿਰਪਾ ਦਾ ਪਾਤਰ ਬਣਨਾ ਚਾਹੁੰਨਾ ਤੇ ਕਿਰਪਾ ਦਾ ਪਾਤਰ ਬਣ ਕੇ ਮੈਂ ਆਪਣੀ ਜ਼ਿੰਦਗੀ ਚ ਉਹ ਬੰਧਨਾ ਤੋਂ ਛੁਟਕਾਰਾ ਪਾਉਣਾ ਚਾਹੁੰਨਾ ਜਿਹੜੇ ਬੰਧਨ ਮੇਰੀ ਜ਼ਿੰਦਗੀ ਜੂਨ ਵਿੱਚ ਸਭ ਤੋਂ ਵੱਡੀ ਰੁਕਾਵਟ ਖੜੀ ਕਰਦੇ ਆ ਮੈਨੂੰ ਸਚਿਆਰਾ ਬੰਨ ਵਿੱਚ ਰੁਕਾਵਟ ਖੜੀ ਕਰਦੀ ਹੈ ਕਰ ਕਿਰਪਾ ਪਰ ਬ੍ਰਹਮ ਸੁਮੀ ਇਹ ਬੰਧਨ ਛੁਟਕਾਰੀ ਜਦੋਂ ਬੰਦਾ ਸਚਾਈ ਦੇ ਰਸਤੇ ਤੇ ਤੁਰਿਆ ਕਿਰਪਾ ਦੇ ਘਰ ਚ ਮਾਲਕ ਆਇਆ ਤੇ ਉਹਨੂੰ ਇਹਨਾਂ ਬੰਧਨਾਂ ਤੋਂ ਛਡਾ ਲਿਆ ਬੁੱਢ ਤਾਂ ਦਾ ਜਿਹੜਾ ਬੰਦਾ ਅੰਨੇ ਖੂਚ ਜੱਗਾ ਪਿਆ ਸੀ ਹਨੇਰੇ ਖੂਚ ਜੱਗਾ ਪਿਆ ਸੀ ਨਾਨਕ ਪ੍ਰਭ ਗਾੜਤ ਹੈ ਨਾਨਕ ਪ੍ਰਭੂ ਨੇ ਮਾਲਕ ਨੇ ਉਸ ਵੈਗਰੂ ਨੇ ਸੱਚ ਦੀ ਵਿਚਾਰਨਾ ਉਹਨੂੰ ਬਾਹਰ ਕੱਢ ਲਿਆ ਸਾਧ ਜਨਾਂ ਸੰਗਾਰੀ ਸਾਥ ਸੰਗੀਆਂ ਦੇ ਵਿੱਚ ਰੱਖ ਕੇ ਗੁਰੂ ਦੇ ਸ਼ਬਦ ਨਾਲ ਜੋੜ ਕੇ ਗੁਰੂ ਦੀ ਸਾਧ ਜਨਾਂ ਸੰਗਾਰੀ ਸੰਗਾਰੀ ਦਾ ਅਰਥ ਕੀ ਹੈ ਭਾਵ ਨਾਲ ਜੋੜ ਕੇ ਸੰਗ ਰੱਖ ਕੇ ਹਮੇਸ਼ਾ ਹੀ ਸੱਚ ਦੀ ਵਿਚਾਰ ਦੇ ਨਾਲ ਜ਼ਿੰਦਗੀ ਖੂਬਸੂਰਤ ਬਣਾ ਦੇ ਤੋ ਕਿੰਨਾ ਪਿਆਰਾ ਸ਼ਬਦ ਜਿਹਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਇਹ ਸਮਝਾਇਆ ਕਿਤੇ ਅਸੀਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੀਮਤੀ ਵਕਤ ਚੂਹੇ ਦੀ ਤਰ੍ਹਾਂ ਟੋਕ ਟੋਕ ਕੇ ਅਜਾਈ ਤੇ ਨਹੀਂ ਗਵਾ ਰਹੇ ਆਓ ਧਿਆਨ ਮਾਰੀਏ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਸੁਆ ਜਿੱਥੇ ਇੱਕ ਦੀ ਡਿਊਟੀ ਲੱਗੀ ਹੈ ਜਿੱਥੇ ਸਾਡੀ ਜੌਬ ਹੈ ਇਮਾਨਦਾਰੀ ਨਾਲ ਨਿਭਾਈਏ ਜੇ ਕੋਈ ਲੀਡਰ ਚੁਣਿਆ ਸਰਕਾਰ ਨੇ ਤੇ ਅਗਲੇ ਸਾਲ ਉਹਨੂੰ ਘਰ ਘਰ ਜਾ ਕੇ ਵੋਟ ਮੰਗਣੀ ਨਾ ਪਵੇ ਤੁਸੀਂ ਕੰਮ ਇੰਨੇ ਵਧੀਆ ਕਰੋ ਲੋਕਾਂ ਦੇ ਰੋਜਗਾਰ ਇੰਨੇ ਮੁਹੱਈਆ ਵਧੀਆ ਕਰਾਓ ਲੋਕ ਇਹ ਲੀਡਰ ਹੋਏਗਾ ਤੇ ਇਹ ਹੋਈ ਨਾ ਨਸ਼ਾ ਲੈ ਕੇ ਆਈ ਸਾਡੇ ਘਰ ਅਸੀਂ ਵੋਟ ਤੈਨੂੰ ਆਪਣੇ ਆਪ ਆਵਾੰਗੇ ਨਾ ਲੈ ਕੇ ਆਏ ਤੇਰੇ ਕੰਮ ਬੋਲਦੇ ਨੇ ਜਦ ਤੁਸੀਂ ਵੇਖੋ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਫਿਰ ਤਾਂ ਹੱਥ ਜੋੜਨੇ ਪੈਂਦੇ ਜਾ ਜਾ ਕੇ ਹੱਥ ਜੋੜਦੇ ਆ ਕਰਦੇ ਨੇ ਕਈ ਕਈ ਬੰਦੇ ਆਪਣੇ ਆਪਣੇ ਇਲਾਕਿਆਂ 'ਚ ਕੰਮ ਕਰਦੇ ਕਈਆਂ ਦੇ ਇਲਾਕਿਆਂ ਦੇ ਲੀਡਰ ਤੇ ਏਡੇ ਭ੍ਰਿਸ਼ਟ ਨੇ ਜਾਈਏ ਤੇ ਉਹਨਾਂ ਸੜਕਾਂ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਗੰਦੇ ਰੋੜ ਸਮਝ ਉਹ ਤੋਂ ਸਮਝ ਆ ਜਾਂਦੀ ਵੀ ਐਸ ਇਲਾਕੇ ਦੇ ਬੰਦਿਆਂ ਨੇ ਸਭ ਤੋਂ ਵੱਧ ਪੈਸੇ ਲੈ ਕੇ ਵੋਟਾਂ ਪਾਈਆਂ ਨੇ ਉਹ ਅਗਲੇ ਕਹਿੰਦੇ ਪਹਿਲਾਂ ਫਿਰ ਆਪਣਾ ਉਹ ਜਿਹੜਾ ਫੰਡ ਪੂਰਾ ਕਰੋ ਜਿੰਨਾ ਅਸੀਂ ਖਰਚਾ ਕੀਤਾ ਉਹਦੇ ਤੇ ਪੈਸੇ ਕਢੀਏ ਤੇ ਕਈ ਇਲਾਕੇ ਦੇ ਲੀਡਰ ਜੋ ਗਰਾਂਡਾਂ ਆ ਰਹੀਆਂ ਪਿੰਡਾਂ ਤੱਕ ਪਹੁੰਚਾਰੇ ਆ ਤੂੰ ਕੰਮ ਖੋ ਰਿਆ ਹੈਗੇ ਨੇ ਪਰ ਉਂਗਲਾਂ ਤੇ ਗਿਣ ਲ ਜੋ ਗੱਲ ਤੇ ਫਿਰ ਉਹ ਵੀ ਉੱਥੇ ਉਂਗਲਾਂ ਤੇ ਗਹਿਣ ਜੋਗੇ ਬੰਦੇ ਹੈਗੇ ਆ ਇਹ ਹੁਣ ਵੇਖੀਏ ਵੀ ਜਿੱਥੇ ਵੀ ਬੰਦਾ ਜੇ ਪਿੰਡ ਦਾ ਸਰਪੰਚ ਚੁਣਿਆ ਤੇ ਅਗਲੇ ਸਾਲ ਲੋਕ ਕਹਿਣ ਸਰਪੰਚ ਐ ਹੋਈ ਵੀ ਕਮਾਲ ਦੀ ਗੱਲ ਐ ਨੇ ਤੇ ਕੋਈ ਇਹਨੇ ਤੇ ਉਹਨਾਂ ਦੇ ਇਲਾਕੇ ਦੇ ਵੀ ਗਲੀਆਂ ਬਣਾਤੀਆਂ ਜਿਨ੍ਹਾਂ ਨਾਲ ਇਹਦਾ ਬੋਲ ਚੱਲ ਨਹੀਂ ਸੀ ਹੈਗਾ ਸਗੋਂ ਉਹਨਾਂ ਦੀਆਂ ਪਹਿਲਾਂ ਬਣਾਈਆਂ ਉਹਨੇ ਇਦਾਂ ਦੇ ਬਹਿ ਕੇ ਸਰਪੰਚ ਕੋਸ਼ਿਸ਼ ਕਰੋ ਬੀ ਜਿਹੜਾ ਤੁਹਾਡਾ ਵਿਰੋਧੀ ਪਾਰਟੀ ਦਾ ਉਹਦਾ ਕੰਮ ਪਹਿਲਾਂ ਕਰੋ ਅਗਲਾ ਕਵੇ ਲੀਡਰ ਹੋਵੇ ਤੇ ਇਹੋ ਜਿਹਾ ਇਹੋ ਜਿਹਾ ਲੀਡਰ ਹੋਵੇ ਇਹ ਆਪਣੇ ਤੇ ਸੋਚ ਪੈਦਾ ਕਰੀਏ ਵੀ ਸੌਂ ਖਾਧੀ ਵੀ ਕੰਮ ਕਰਨਾ ਨਹੀਂ ਜਦੋਂ ਵੋਟਾਂ ਦੇ ਨਾਲ ਫਿਰ ਇਦਾਂ ਨਾ ਚੌਂਕਾਂ 'ਚ ਫੋਟੋਆਂ ਲਵਾਉਂਦੇ ਇਦਾਂ ਹੱਥ ਜੋੜ ਕੇ ਨਾ ਆਪਣੀ ਜ਼ਿੰਦਗੀ ਦਾ ਕੀਮਤੀ سرمਾਇਆ ਜਾਈ ਗੁਆਈਏ ਕਿਸੇ ਲਾਕੇ 'ਚ ਕੋਈ ਐਸਪੀ ਜਾਵੇ ਕੋਈ ਡੀਸੀ ਜਾਵੇ ਕੋਈ ਲੱਗੇ ਜਿੱਥੇ ਵੀ ਕੋਚੀ ਅਉਧੇ ਤੇ ਕੋਈ ਬੰਦਾ ਬੈਠਾ ਕੋਈ ਕਿਸੇ ਥਾਣੇ 'ਚ ਐਸਐਚਓ ਮੁਨਸ਼ੀ ਲੱਗ ਜਾਵੇ ਅਗਲਾ ਕਵੇ ਕਮਾਲ ਦਾ ਬੰਦਾ ਵੀ ਇੰਨੇ ਪਿਆਰ ਨਾਲ ਬੋਲਦਾ ਬੰਦਾ ਏਡੀ ਬੋਲਬਾਣੀ ਇਸ ਬੰਦੇ ਦੀ ਵਧੀਆ ਜੀ ਕੰਮ ਬਾਤ ਦੀ ਗੱਲ ਹੈ ਅਗਲਾ ਪੁੱਛਦਾ ਹੈ ਗੱਲਬਾਤ ਕਰਨ ਦਾ ਲਹਿਜਾ ਤਰੀਕਾ ਹੀ ਬੜਾ ਕਮਾਲ ਦਾ ਆਓ ਇਸ ਚੀਜ਼ਾਂ ਆਪਣੇ ਚ ਲੈ ਕੇ ਆਈਏ ਇਹ ਨਾ ਹੋਵੇ ਅਸੀਂ ਆਪਣੀ ਜ਼ਿੰਦਗੀ ਦਾ ਕੀਮਤੀ سرمਾਇਆ ਵੇਖੋ ਗਲਤ ਇਦਾਵਾ ਗੱਲ ਫਿਰ ਉੱਥੇ ਆਣ ਕੇ ਡਿੱਗਦੀ ਵੀ ਜਦੋਂ ਕੋਈ ਚੰਗਾ ਅਫਸਰ ਕਿਸੇ ਚੰਗੇ ਅਹੁਦੇ ਤੇ ਬੈਠਦਾ ਹੈ ਅਹੁਦੇ ਸਾਰੇ ਚੰਗੇ ਹੁੰਦੇ ਨੇ ਗੱਲ ਬੰਦਿਆਂ ਤੇ ਡਿਪੈਂਡ ਕਰਦੀ ਹੈ ਜਦੋਂ ਬਹਿਰਦਾ ਫਿਰ ਲੋਕ ਕਹਿੰਦੇ ਆ بڑا ਅਫਸਰ ਥੋੜਾ ਦਾ ਦੇਵਤਾ ਬੰਦਾ ਵੇ ਉਹ ਦੇਵਤਾ ਬੰਦਾ ਤੇ ਕਈਆਂ ਬਾਰੇ ਕਹਿੰਦੇ ਚੰਗਾ ਹੋਇਆ ਗੱਲਾਂ ਦੱਸਾ ਇਹ ਹੁਣ ਆਪਾਂ ਪਹਿਚਾਨ ਆਪਣੀ ਬਣਾਉਣੀ ਵੀ ਆਪਾਂ ਕਿਦਾਂ ਦੀ ਜ਼ਿੰਦਗੀ ਜੂਣੀ ਹੈ ਕਬੀਰ ਇਹ ਮਾਰਗ ਇਹ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਨਾਗੇ ਪਾਉ ਤੇ ਗੈ ਜਨ ਕੇ ਲੱਖ ਕਰੋਰ ਇਹ ਇਦਾ ਕਰੀਏ ਫਿਰ ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਲਾਏ ਇਹਨੂੰ ਚੰਗੇ ਰਸਤੇ ਤੇ ਲਾ ਲਓ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਕਾਏ ਇਹਦੇ ਕੋਲ ਚੰਗੀ ਵਿਚਾਰ ਲੈ ਲਈਏ ਚੰਗੇ ਕੰਮ ਕਰਾ ਲਈਏ ਵੀ ਦੁਨੀਆ ਤੋਂ ਅਸੀਂ ਦੁਨੀਆ ਤੋਂ ਚਲੇ ਜਾਈਏ ਸਰੀਰ ਤੌਰ ਤੇ ਪਰ ਸਾਡੇ ਕੰਮ ਦੁਨੀਆ ਤੇ ਬੋਲਣ ਆਓ ਸਾਧ ਸੰਗਤ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ ਸਾਖਤ ਕੀ ਅਵਰਦਾ ਜਾਏ ਬਰਥਾਰੀ ਜੈਸੇ ਕਾਗਦ ਕੇ ਪਰ ਮੂਸਾ ਟੂ ਗਵਾਵਤ ਕਾਮ ਨਹੀਂ ਗਵਾਰੀ ਹੁਣ ਸੋਚ ਕੇ ਵੇਖੋ ਉਹ ਵੀ ਸੀਐਮ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਸੂਬਿਆਂ ਵਿੱਚ ਜਿਨ੍ਹਾਂ ਦੀ ਸਟੇਟ ਵਿੱਚ ਰੇ ਪਰਗੇ ਹੋ ਰਹੇ ਨੇ ਕਟਨਾਵਾ ਵਾਪਰੀਆਂ ਨੇ ਕਲੰਕ ਨਹੀਂ ਮੱਥੇ ਤੇ ਮੈਂ ਕਹਿੰਦਾ ਜਿੱਦਾਂ ਬਿਰਧ ਆਸ਼ਰਮ ਸਮਾਜ ਦੇ ਮੱਥੇ ਤੇ ਕਲੰਕ ਨੇ ਜਿਸ ਲੀਡਰ ਦੇ ਹੁੰਦੇ ਆ ਜਿਸ ਸੇਮ ਦੇ ਹੁੰਦੇ ਆ ਉਦੇ ਸੂਬੇ 'ਚ ਰੇਪ ਹੋਣਾ ਮੈਂ ਕਹਿੰਦਾ ਸੀਐਮ ਦੇ ਮੱਥੇ ਤੇ ਸਭ ਤੋਂ ਵੱਡਾ ਕਲੰਕ ਹੈ ਉਥੋਂ ਦੇ ਐਮਐਲਏ ਐਮਪੀ ਉਹਨਾਂ ਵਾਸਤੇ ਮੱਥੇ ਤੇ ਕਲੰਕ ਹੈ ਉਹਨਾਂ ਵਾਸਤੇ ਉਹਨਾਂ ਦੇ ਮੱਥੇ ਤੇ ਕਲੰਕ ਹੈ ਸੱਚ ਹੈ ਜਿਸ ਜਿੰਨਾ ਸਰਕਾਰਾਂ ਦੇ ਆਮ ਬੰਦੇ ਮਾਫ ਕਰਨਾ ਪਰਿਵਾਰਾਂ 'ਚ ਆਪਾਂ ਲਾਈਏ ਕਦੀ ਪਰਿਵਾਰਾਂ 'ਚ ਧਰਨੇ ਲੱਗੇ ਵੇਖਿਆ ਆਪਾਂ ਇੱਕ ਪਰਿਵਾਰ ਜਦੋਂ ਧਰਨਾ ਲੱਗਦਾ ਜੇ ਪਰਿਵਾਰ 'ਚ ਘਟਨਾ ਵਾਪਰਦੀ ਰੋਜ਼ ਟਿੰਡ ਚ ਕੰਨਾਂ ਪੈਂਦਾ ਅਗਲੇ ਕਹਿੰਦੇ ਨਵੇੜੋ ਭਾਈ ਜਦੋਂ ਇੱਕ ਆਮ ਕਿਸਾਨ ਜਿਹੜਾ ਦਿਨ ਰਾਤ ਮਿਹਨਤ ਕਰਦਾ ਖਬਦਾ ਸੜਕਾਂ ਤੇ ਬੈਠਾ ਹੈ ਆਪਣੇ ਪਰਿਵਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਘਰਾਂ ਦੇ ਕੰਮ ਛੱਡ ਕੇ ਰੋਡ ਤੇ ਪਟੜੀਆਂ ਜਾਮ ਕੀਤੀਆਂ ਹੋਈਆਂ ਨੇ ਧਰਨੇ ਲਾ ਕੇ ਬੈਠਾ ਹੈ ਸੋਚਣਾ ਤੇ ਬੰਦਾ ਇਹਨਾਂ ਲੀਡਰਾਂ ਨੂੰ ਕਿਉਂ ਨਾਟਕ ਖੇਡਦੇ ਹੋ ਕੋਈ ਰੈਲੀ ਲੈ ਕੇ ਚੰਡੀਗੜ੍ਹ ਨੂੰ ਤੁਰ ਪਿੰਦਾ ਕੋਈ ਦਿੱਲੀ ਛੱਡ ਕੇ ਪੰਜਾਬ ਤੁਰਿਆ ਫਿਰਦਾ ਹੈ ਕੀ ਆ ਤਮਾਸ਼ਾ ਬਣਿਆ ਪਿਆ ਲੱਗਦਾ ਨਹੀਂ ਬੇਵਕੂ ਬਣਾਇਆ ਜਾ ਰਿਹਾ ਸਨ ਕਦੋਂ ਜਾਗਾਂਗੇ ਅਸੀਂ ਅਜੇ ਵੀ ਤੁਸੀਂ ਵੇਖੋ ਲੀਡਰਾਂ ਗੜੀ ਦਾ ਹੱਥ ਜੋੜੇ ਨੇ ਸਾਨੂੰ ਰਾਮ ਤੇ ਰਾਵਣ ਵੱਖਰੇ ਵੱਖਰੇ ਲੱਗੇ ਜਾਂਦੇ ਨੇ ਰਾਮਲੀਲਾ ਦੀ ਤਰ੍ਹਾਂ ਸਿਆਣੇ ਬਣ ਜਾਓ ਸੂਝਵਾਨ ਬਣ ਜਾਓ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਜਿਹੜੇ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੀਆਂ ਪੰਜਾਬ 'ਚ ਵੱਖ-ਵੱਖ ਨੇ ਇਕੱਠੀਆਂ ਹੋ ਜਾਓ ਤੇ ਹੱਕਾਂ ਦੀ ਗੱਲ ਕਰੋ ਬੜਾ ਯੋਰ ਲਵਾਇਆ ਮੈਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਤੇ ਵੀਡੀਓ ਬਣਾ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਏ ਕਿ ਅਖੌਤੀ ਧਾਰਮਿਕ ਲੋਕਾਂ ਨੇ ਵੀ ਯੋਰ ਲਵਾਤਾ ਜੇ ਪਬਲਿਕ ਦਾ ਲੀਡਰਾਂ ਨਾਲ ਲਵਾਇ ਲਵਾਇ ਸੀ ਪਹਿਲਾਂ ਕਿਸਾਨ ਭਰਾਓ ਕਿਸਾਨ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਨਾ ਮੱਤ ਮਾਰਦੇ ਹੋ ਨੌਜਵਾਨ ਵੀਰਾਂ ਦਾ ਪਿੱਛੇ ਲੱਗਿਆਂ ਦਾ ਨਹੀਂ ਤੇ ਵਿਸ਼ਵਾਸ ਨਹੀਂ ਕਿਸੇ ਨੇ ਕਰਨਾ ਸੱਚ ਹੈ ਨਹੀਂ ਵਿਸ਼ਵਾਸ ਕਰਨਾ ਕਿਸੇ ਦਾ ਆਓ ਜਾਗੋ ਜ਼ਿੰਮੇਵਾਰੀਆਂ ਆਪਣੀ ਆਪ ਚੱਕੀਏ ਜਿਹੜੀ ਗੱਲ ਗੁਰੂ ਸਾਹਿਬ ਨੇ ਸਿਖਾਈ ਹੈ ਫਰਜ਼ਾਂ ਤੋਂ ਜਾਣੂ ਹੋਣ ਦਾ ਯਤਨ ਕਰੀਏ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ